ਸਤਿ ਸ਼੍ਰੀ ਅਕਾਲ ਦੀ ਅਨਮਿਊਟ ਦੇਖ ਰਹੇ ਹੋ ਤੁਸੀਂ ਮੈਂ ਪ੍ਰਵਿੰਦਰ ਸਿੰਘ ਤੁਹਾਡਾ ਸਵਾਗਤ ਕਰਦਾ। ਦੇਸ਼ ਦੁਨੀਆ ਦੀਆਂ ਵੱਡੀਆਂ ਖਬਰਾਂ ਤੇ ਚਰਚਾ ਕਰਾਂਗੇ ਤੇ ਚਰਚਾ ਦੇ ਲਈ ਹਮੇਸ਼ਾ ਦੀ ਤਰ੍ਹਾਂ ਮੇਰੇ ਨਾਲ ਮੌਜੂਦ ਨੇ ਪ੍ਰੋਫੈਸਰ ਮਨਜੀਤ ਸਿੰਘ। ਪ੍ਰੋਫੈਸਰ ਸਭ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਪ੍ਰਵਿੰਦਰ ਜੀ। ਪ੍ਰੋਫੈਸਰ ਸਭ ਗੱਲ ਪੰਜਾਬ ਦੀ ਕਰਾਂਗੇ, ਪੰਜਾਬ ਦੀ ਇਕਨੋਮੀ ਦੀ ਯਾਨਕੀ ਆਰਥਿਕਤਾ ਦੀ ਕਰਾਂਗੇ। ਪੰਜਾਬ ਸਰਕਾਰ ਨੇ ਹ ਹੁਣ ਇੱਕ ਖਾਕਾ ਤਿਆਰ ਕੀਤਾ ਜਾਣਕਾਰੀ ਮੁਤਾਬਿਕ ਜਿਸ ਤਹਿਤ ਜਿਹੜਾ ਪੈਸਾ ਖਜ਼ਾਨਾ ਪੰਜਾਬ ਦਾ ਉਸ ਦੀ ਬਚਤ ਹੋ ਸਕੇ ਇਸ ਦੇ ਵਿੱਚ ਉਹਨਾਂ ਨੇ ਇਹ ਵੀ ਪਾਇਆ ਹੈ ਕਿ ਜਿਹੜੀਆਂ ਭਲਾਈ ਸਕੀਮਾਂ ਨੇ ਲੋਕਾਂ ਦੇ ਲਈ ਜੋ ਵਰਤੀਆਂ ਜਾਂਦੀਆਂ ਨੇ ਉਸ ਵਿੱਚ ਵੀ ਕਿਤੇ ਨਾ ਕਿਤੇ ਪੈਸੇ ਦੀ ਦੁਰਵਰਤੋਂ ਹੋ ਰਹੀ ਹੈ ਇਹ ਵੀ ਜਾਣਕਾਰੀ ਹੈ ਕਿ ਜਿਹੜੇ ਲੋਕ ਨੇ ਜਿਹੜੇ ਮਰ ਚੁੱਕੇ ਨੇ ਜੋ ਇਸ ਦੁਨੀਆ ਦੇ ਵਿੱਚ ਨਹੀਂ ਵੀ ਰਹੇ ਉਹਨਾਂ ਦੇ ਨਾਮ ਤੇ ਵੀ ਇਸ ਸਕੀਮਾਂ ਦੇ ਤਹਿਤ ਪੈਸਾ ਲਗਾਤਾਰ ਜਾ ਰਿਹਾ ਹੈ ਜਿਸ ਕਰਕੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ ਕਹਿਣ ਦਾ ਮਤਲਬ ਇਹ ਹੈ ਕਿ ਇਹ ਕੋਈ ਪਹਿਲੀ ਵਾਰ ਨਹੀਂ ਇਸ ਤੋਂ ਪਹਿਲਾਂ ਵਿਧਾਇਕਾਂ ਦੀਆਂ ਪੈਨਸ਼ਨਾਂ ਘਟਾਉਣ ਦਾ ਮਾਮਲਾ ਹੋਵੇ ਜਾਂ ਹੋਰ ਕਈ ਫਜ਼ੂਲ ਖਰਚੇ ਸੀ ਜਿਹੜੇ ਉਹ ਬੰਦ ਕਰਨ ਦਾ ਮਾਮਲਾ ਹੋਵੇ ਵਿਧਾਇਕਾਂ ਦੀਆਂ ਕੋਠੀਆਂ ਨੂੰ ਲੈ ਕੇ ਬਹੁਤ ਸਾਰੇ ਆਰਡਰ ਪਹਿਲਾਂ ਜਾਰੀ ਕੀਤੇ ਗਏ ਪਰ ਪੰਜਾਬ ਦੀ ਆਰਥਿਕਤਾ ਉੱਥੇ ਦੀ ਉੱਥੇ ਹੀ ਖੜੀ ਹੈ ਇੱਥੋਂ ਤੱਕ ਕਿ ਇਹ ਵੀ ਖਬਰਾਂ ਆਉਂਦੀਆਂ ਨੇ ਕਿ ਪੰਜਾਬ ਸਰਕਾਰ ਨੇ ਮੁੜ ਤੋਂ ਕਰਜ਼ਾ ਲਿਆ ਤੁਹਾਨੂੰ ਕੀ ਲੱਗਦਾ ਹੈ ਕਿ ਇਨ੍ਹਾਂ ਗੱਲਾਂ ਦੇ ਨਾਲ ਪੰਜਾਬ ਦੇ ਖਜ਼ਾਨੇ ਦੀ ਪਰਪਾਈ ਹੋ ਪਾਏਗੀ ਜਾਂ ਫਿਰ ਨਹੀਂ ਇਹ ਜਿੰਨਾ ਸਾਰਾ ਖਰਚੇ ਦੀ ਗਿਣਤੀ ਮਿੰਤੀ ਜੀ ਦੱਸ ਰਹੇ ਆ ਬਿੰਨੀ ਤੇ ਉਹ ਯਾਦ ਆ ਰਿਹਾ ਕਿ ਚਿੜੀ ਚੁੰਝ ਪਰ ਲੈ ਗਈ ਨਦੀ ਨਾਲ ਘਟਿਓ ਨੀਰ ਨਾ ਇਹ ਘਟਣਾ ਨਾ ਇਹ ਵਧਣਾ ਇਹ ਤੇ ਚਿੜੀ ਦੀ ਚੁੰਝ ਜਿੰਨਾ ਸਰਫੇ ਕਰਨ ਵਾਲੀ ਉਹ ਫਲਾਣੇ ਦੀ ਤਨਖਾਹ ਘਟਾ ਦਿਓ ਉਹ ਫਲਾਣੇ ਬੰਦਾ ਮਰ ਗਿਆ ਸੀ ਉਹ ਪੈਨਸ਼ਨ ਲਈ ਜਾਂਦਾ ਫਲਾਣਾ ਆ ਹੋ ਗਿਆ ਟਮਕਾਣਾ ਇਹ ਹੋ ਗਿਆ ਉਹਦੇ ਨਾਲ ਬਜਟ ਦਾ ਬੈਲੈਂਸ ਨਹੀਂ ਬਣਨਾ ਪੈਸਾ ਇਹ ਕਮਾਜ ਨਹੀਂ ਰਿਹਾ ਜਾਣੀ ਹੋਇਆ ਇੰਜਿਆ ਕਿ ਪੈਸੇ ਦੀ ਕਮਾਈ ਦੇ ਜਿਹੜੇ ਸੁਪਨੇ ਦਿਖਾਏ ਸੀ ਵੱਡੇ-ਵੱਡੇ ਇਹਨਾਂ ਨੇ ਉਹ ਤੇ ਪੂਰੇ ਹੋਏ ਨਹੀਂ ਉਹਦੇ ਲਈ ਉਧਰ ਨੂੰ ਕੋਈ ਕਦਮ ਨਹੀਂ ਚੁੱਕਿਆ ਪੈਸਾ ਜਾਨੀ ਰੈਵਨਿਊ ਵਧਾਉਣ ਦਾ ਇੱਕੋ ਹੀ ਢੋਲ ਵਜਾਇਆ ਕਿ ਸ਼ਰਾਬ ਵੇਚ ਕੇ ਐਸੀ ਬਹੁਤ ਸਾਰੀ ਨਾਲੇ ਸਸਤੀ ਕਰਤੀਆਂ ਨਾਲੇ ਬਹੁਤ ਵੱਡੇ ਪੱਧਰ ਤੇ ਠੇਕੇ ਖੋਲਦੇ ਆਤੇ ਸਰਕਾਰੀ ਖਜ਼ਾਨੇ 'ਚ 4000 ਕਰੋੜ ਰੁਪਏ ਆਸੀ ਵਾਦੂ ਲੈਣ ਦਾ ਪਰ ਸਾਡੇ ਜਿਹੜੇ ਪੋਲੀਟੀਸ਼ੀਅਨ ਅੱਜ ਦੀ ਤਰੀਕ ਦੇ ਪੋਲੀਟੀਸ਼ੀਅਨ ਆ ਉਹ ਲਾਫ ਰਵਾਇਆ ਬਿਲਕੁਲ ਹੀ ਘਰ ਨੂੰ ਸਾਹਮਣ ਤੋਂ ਘਰ ਤਾਂ ਸਾंभਿਆ ਜਾਂਦਾ ਜਿਸ ਤਰ੍ਹਾਂ ਅੱਜ ਦੀ ਹਾਲਤ ਹੈ ਵੈਸੇ ਕਿ ਉਹ ਕਹਿੰਦੇ ਆ ਨਾ ਗਾਣਾ ਆਮਦਨੀ 88 ਖਰਚਾ ਰੁਪਈਆ ਇਹ ਇਹਨਾਂ ਦੀ ਹਾਲਤ ਆ ਜਦ ਆਮਦਨੀ ਤੁਸੀਂ ਨਹੀਂ ਵਧਾਈ ਜਦ ਕਿ ਕੇਜਰੀਵਾਲ ਦੇ ਤੁਸੀਂ ਬਿਆਨ ਸੁਣ ਲਓ ਪਹਿਲਾਂ ਦੇ ਉਹ ਕੋਈ 2000 ਕਰੋੜ ਰੁਪਇਆ ਸੀ ਤੇ ਕੱਲਾ ਰੀਟਰ ਇੱਥੇ ਤੋਂ ਕਰਦੇ ਆਂਗੇ 35000 ਕਰੋੜ ਰੁਪਇਆ ਸੀ ਪਤਾ ਨਹੀਂ ਰੈਵਨਿਊ ਕਿਹੜੀ ਚੀਜ਼ ਦਾ ਕਹਿ ਰਹੇ ਸੀਗੇ ਇੱਕ ਤੇ ਇਹ ਕਹਿ ਰਹੇ ਸੀਗੇ ਕਿ ਸ਼ਰਾਬ ਦਾ ਹੀ ਸੀਗਾ ਕੁਝ ਹੋਰ ਨਾ ਚੀਜ਼ਾਂ ਦਾ ਮਾਈਨਿੰਗ ਤੋਂ ਵੀ ਕਿਹਾ ਹੈ ਮਾਈਨਿੰਗ ਦਾ ਇਰੇਤਾ ਬਜਰੀ ਤੋਂ 20000 ਕਰੋੜ ਰੁਪਇਆ ਕੱਲਾ ਫਿਰ ਸ਼ਰਾਬ ਤੋਂ ਕਹਿ ਰਹੇ ਸੀਗੇ ਕਿ ਸਰਕਾਰੀ ਕਰ ਦੇਾਂਗੇ ਤੇ ਉਹਦੇ 'ਚ ਹੋਰ ਇੰਨਾ ਵਾਜੂਗਾ ਪੈਸੇ ਦੇ ਇੰਨੇ ਹੋਣਗੇ ਕਿ ਲੋਕਾਂ ਕੋਲ ਸਾਹਮੇ ਨਹੀਂ ਜਾਣਗੇ ਸਰਕਾਰ ਕੋਲ ਇੰਨੇ ਪ੍ਰੋਜੈਕਟ ਹੀ ਨਹੀਂ ਹੋਣਗੇ ਕਿ ਪੈਸੇ ਨਹੀਂ ਖਰਚੇ ਜਾਣਗੇ ਹੁਣ ਕਹਿੰਦੇ ਸਾਡੀਆਂ ਜੇਬਾਂ 'ਚ ਮੋਰੀ ਆ ਪਹਿਲਾਂ ਦੂਜਿਆਂ ਨੂੰ ਕਹਿੰਦੇ ਸੀ ਗਾਗਰ ਖਾਲੀ ਖੜਕਦੀ ਆ ਹੁਣ ਇਹਨਾਂ ਦੀ ਤਾਂ ਗਾਗਰ ਹੀ ਕੋਈ ਚੁੱਕ ਕੇ ਲੈ ਗਿਆ ਹੈ ਹੀ ਨਹੀਂ ਖੜਕਣੀ ਪ੍ਰਧਾਨ ਮੰਤਰੀ ਕਹਿੰਦੇ ਨੇ ਖਜ਼ਾਨਾ ਖਾਲੀ ਨਹੀਂ ਹੈਗਾ ਕਿ ਸਰਕਾਰਾਂ ਦਾ ਖਜ਼ਾਨਾ ਕਦੇ ਖਾਲੀ ਹੁੰਦਾ ਹੀ ਨਹੀਂ ਜੀ ਲੈ ਲੈ ਕੇ ਭਰੀ ਚੱਲੋ ਦੂਜਿਆਂ ਦੇ ਪੈਸੇ ਆਪਣੇ 'ਚ ਪਾ ਕੇ ਕਰੀ ਚੱਲੋ ਤੇ ਲੋਕਾਂ ਦਾ ਇੱਥੇ ਜੰਮਦੇ ਨਿਆਣੇ ਦਾ 1.5 ਲੱਖ ਪਤਾ ਨਹੀਂ ਮੇਰੇ ਖਿਆਲ ਸਿਰ ਤੇ ਕਰਜ਼ਾ ਹੋ ਗਿਆ ਉਹ ਇੰਨੇ ਕਰਜ਼ੇ ਨਾਲ ਜੰਮਦਾ ਗਿਣਤੀ ਕਰਕੇ ਦੇਖੋ ਕਿੰਨਾ ਕਰਜ਼ਾ ਹੈਗਾ ਕਿੰਨੇ ਲੱਖ ਕਰੋੜ ਰੁਪਈਆ ਜਦੋਂ ਨੂੰ ਜਾਣਗੇ ਸਾਢੇ 1.4 ਲੱਖ ਕਰੋੜ ਰੁਪਈਆ ਸਾਡ ਪੰਜਾਬ ਦੇ ਸਿਰ ਤੇ ਕਰਜ ਆਊਗਾ ਤੇ ਉਹਨੂੰ 3 ਕਰੋੜ ਨਾਲ ਵੰਡ ਕੇ ਦੇਖ ਲਿਓ ਕਿ ਕਿੰਨਾ ਪੈਸਾ ਬਣਦਾ ਆ ਇਹ ਜਿਹੜੀ ਪਾਲਿਸੀ ਹੈਗੀ ਹੈ ਕਿ ਡੈਮਾਗੋਗੀ ਸਾਈਕੋਫੈਂਸੀ ਇਹਦਾ ਮਤਲਬ ਇਹ ਹੈ ਕਿ ਤੁਸੀਂ ਲੋਕਾਂ ਨੂੰ ਇੱਕ ਖੋਚ ਕਰਦੇ ਹੋ ਕਿਸੇ ਨੂੰ ਬਸਾ ਦੇ ਮੁਫਤ ਝੂਟੇ ਦੇ ਤੇ ਕਿਸੇ ਨੂੰ ਥੋੜਾ ਜਿਹਾ ਇਹ ਕਹਿੰਦਾ ਕਿ ਤੁਹਾਨੂੰ ਜੀ ਹਜ਼ਾਰ-ਹਜ਼ਾਰ ਕਰੋੜ ਜਿਹੜਾ ਹਜ਼ਾਰ-ਹਜ਼ਾਰ ਰੁਪਿਆ ਹਰ ਮਹੀਨੇ ਸਾਰੀਆਂ ਬੀਬੀਆਂ ਨੂੰ ਇਹ ਦੱਸੋ ਕਿੱਥੋਂ ਦੀ ਦਿਆਨਤ داری ਆ ਕਿੱਥੋਂ ਦੇ ਪੈਸੇ ਬਚਾਉਣ ਵਾਲੀ ਪਾਲਿਸੀ ਆ ਅਸੀਂ ਇਹਨਾਂ ਨੂੰ ਬਾਰ-ਬਾਰ ਜਦੋਂ ਇਹ ਇਲੈਕਸ਼ਨਾਂ ਤੋਂ ਪਹਿਲਾਂ ਇਹਨਾਂ ਦੇ ਸਪੋਕਸਪਰਸਨ ਆ ਕੇ ਟੀਵੀ ਚੈਨਲ ਤੇ ਕਹਿੰਦੇ ਸੀ ਕਿ ਅਸੀਂ ਸਾਰੀਆਂ ਹੀ ਬੀਬੀਆਂ ਨੂੰ ਹਰ ਸਿਮਰਿਤ कौर ਬਾਦਲ ਦੇ ਵੀ ਅਕਾਊਂਟ ਦੇ ਵਿੱਚ 1000 ਰੁਪਿਆ ਜਾਨੀ 12000 ਰੁਪਿਆ ਸਾਲ ਦਾ ਹਰ ਹਰ ਮਹੀਨੇ 1000 ਰੁਪਿਆ ਪਾਵਾਂਗੇ ਇਸ ਤਰ੍ਹਾਂ ਹੀ ਮੈਡਮ ਪ੍ਰਨੀਤ कौर ਜਿਹੜੇ ਆ ਉਹਨਾਂ ਦੇ ਵੀ ਅਕਾਊਂਟ ਚ ਪਾਵਾਂਗੇ ਤੇ ਗਰੀਬ ਦੇ ਤੇ ਪੈਣਾ ਹੀ ਪੈਣਾ ਚਾਹੀਦਾ ਕਿਉਂਕਿ ਉਹਨਾਂ ਦੀ ਤੇ ਲੋੜ ਵੀ ਹੈਗੀ ਆ ਇਹ ਔਰ ਕੀਤਾ ਕਿਵੇਂ ਸੀ ਨਾਨੀ ਉਦੋਂ ਕਿ 18 ਸਾਲ ਤੋਂ ਉੱਪਰ ਦਾ ਪ੍ਰਵਿੰਦਰ ਮਤਲਬ ਕਿਉਂਕਿ 18 ਸਾਲ ਤੋਂ ਉੱਪਰ ਦੀ ਵੋਟ ਬਣਦੀ ਆ ਉਦੋਂ ਉੱਪਰ ਦੀਆਂ ਸਾਰੀਆਂ ਹੀ ਬੀਬੀਆਂ ਅਸਲ 'ਚ ਜੇ ਸੱਚੀ ਧਿਆਨਤਦਾਰ ਹੋਣ ਜੇ ਸਮਝਦਾਰ ਹੋਣ ਜੇ ਲੋਕਾਂ ਨੂੰ ਲੋਕਾਂ ਦਾ ਸਸ਼ਕਤੀਕਰਨ ਕਰਨਾ ਚਾਹੁੰਦੇ ਹੋਣ ਖਾਸ ਕਰਕੇ ਬੀਬੀਆਂ ਦਾ ਸਾਡੀਆਂ ਲੜਕੀਆਂ ਦਾ ਤੇ ਇਹਨਾਂ ਨੂੰ ਚਾਹੀਦਾ ਸੀ ਕਿ ਅਸੀਂ ਸਕੂਲ ਤਖੜੇ ਕਰਾਂਗੇ ਖਾਸ ਕਰਕੇ ਔਰਤਾਂ ਦੇ ਵਿਮਨ ਕਾਲਜ ਦੇ ਵਿੱਚ ਸਪੈਸ਼ਲ ਗ੍ਰਾਂਟ ਦਿੱਤੀ ਜਾਊਗੀ ਉਹਨਾਂ ਨੂੰ ਵਜੀਫੇ ਦਿੱਤੇ ਜਾਣਗੇ ਬੱਚਿਆਂ ਨੂੰ ਜਿਹੜੇ ਮੈਰਿਟ ਮੈਰਿਟ ਤੇ ਦੇਣ ਜਿੰਨੂੰ ਉਂਝ ਵੀ ਲੋੜ ਆ ਜਿੱਥੇ ਇਨਫਰਾਸਟ੍ਰਕਚਰ ਦੀ ਲੋੜ ਆ ਅਸੀਂ ਉਹ ਕਰਾਂਗੇ ਜੇ ਤੇ ਇਹ ਕੰਮ ਕਰਤੇ ਸੱਚੀ ਮੁੱੱਚੀ ਆਰਥ ਨੂੰ ਥੱਲਿਓਂ ਪੜਾ ਲਿਖਾ ਕੇ ਨੌਕਰੀਆਂ ਵੱਲ ਉਧਰ ਨੂੰ ਤੋਰਦੇ ਉੱਥੇ ਸਮਝ ਪੈਂਦੀ ਆ ਉਹ ਵੈਲਫੇਅਰ ਸਾਡੀ ਸਟੇਟ ਦਾ ਹਿੱਸਾ ਆ ਡਾਇਰੈਕਟ ਪ੍ਰਿੰਸੀਪਲ ਕਨਸਟੀਟਿਊਸ਼ਨ ਦਾ ਹਿੱਸਾ ਆ ਜੇ ਤੁਸੀਂ ਇਹੋ ਜਿਹਾ ਸਰਕਾਰੀ ਖਜ਼ਾਨੇ ਦੇ ਵਿੱਚ ਵਾਅਦੇ ਕਰਦੇ ਆ ਸਰਕਾਰੀ ਖਜ਼ਾਨੇ ਚੋਂ ਪਾਰਟੀ ਦਾ ਆਪਣਾ ਖਜ਼ਾਨਾ ਕੋਈ ਨਹੀਂ ਪਾਰਟੀ ਆਪਣੀ ਵੱਲੋਂ ਪੈਸਾ ਦੇਵੇ ਤੇ ਦੇਵੇ ਸਾਨੂੰ ਕੀ ਦਿੱਕਤ ਆ ਜੇ ਸਰਕਾਰੀ ਖਜ਼ਾਨੇ ਜੋ ਤੁਸੀਂ ਏਡੇ ਵੱਡੇ ਪੱਧਰ ਤੇ ਵਾਅਦਾ ਕਰਦੇ ਆ ਜੀਦੇ ਨਾਲੋਂ ਬੀਬੀਆਂ ਦਾ ਇਕੱਲੀਆਂ ਦਾ ਜੇ ਪੈਸੇ ਕਹਿ ਰਹੇ ਸੀ ਨਾ ਹੁਣ ਹੁਣ ਫਿਰ ਚੋਣਾਂ 'ਚ ਕਹਿੰਦੇ ਸੀ ਅਸੀਂ ਦੇ ਦਾਂਗੇ ਬਾਕੀ ਵਾਦੇ ਪੂਰੇ ਕੀਤੇ ਇਹ ਕਰਨੇ ਆ ਉਹਦਾ ਪਤਾ ਕਿੰਨਾ ਬਣਦਾ 12 13 ਹਜ਼ਾਰ ਕਰੋੜ ਰੁਪਈਆ ਹੈਗਾ ਇਹਨਾਂ ਕੋਲ ਪੈਸਾ ਪੈਸੇ ਤੇ 12 ਰੁਪਏ ਨਹੀਂ ਹੈਗੇ ਕਰੋੜਾਂ ਦੀ ਨਾਲੋਂ ਤੁਸੀਂ ਗੱਲ ਹੀ ਲਾ ਦਿਓ ਇਸ ਤਰ੍ਹਾਂ ਹੀ ਜੋ ਧੂਆਂ ਕੱਢਿਆ ਇਹਨਾਂ ਨੇ ਪਬਲਿਕ ਟਰਾਂਸਪੋਰਟ ਸਿਸਟਮ ਦਾ ਬੀਬੀਆਂ ਜਿਨ੍ਹਾਂ ਨੇ ਨਹੀਂ ਵੀ ਜਾਣਾ ਚੱਲ ਨਹੀਂ ਭੈਣੇ ਵਾਂਡੇ ਜਾ। ਉਹ ਤਾਂ ਕੈਪਟਨ ਸਾਹਿਬ ਦਾ ਫੈਸਲਾ ਸੀ। ਨਹੀਂ ਕੋਈ ਵੀ ਫੈਸਲਾ ਕਰੇ। ਕੈਪਟਨ ਕਿਤੇ ਕਿਤੇ ਉਹ ਘਾਟੇ ਉਹ ਵੀ ਦੇ ਇਸੇ ਰਾਹ ਦੇ ਇਹਦੇ ਲੱਗ ਗਿਆ ਨਾ ਉਹਨਾਂ ਨਾਲੋਂ। ਇਹ ਤੇ ਕੈਪਟਨ ਹੋਏ, ਕਾਂਗਰਸ ਹੋਏ, ਕਾਲੀਦਾਲ ਹੋਵੇ ਤੇ ਕਹਿੰਦੇ ਅਸੀਂ ਵਿਵਸਥਾ ਪਰਵਰਤਨ ਕਰਨੀ ਆ। ਅਸੀਂ ਤੇ ਬਿਲਕੁਲ ਉਹਨਾਂ ਨਾਲੋਂ ਅਲੱਗ ਆ। ਅਸੀਂ ਤੇ ਆਮ ਆਦਮੀ ਦੇ ਹੱਕ ਵਿੱਚ ਆ। ਆਮ ਆਦਮੀ ਪਾਰਟੀ ਸਾਡਾ ਤੇ ਚੋਣ ਨਿਸ਼ਾਨ ਹੀ ਛਾੜੂ। ਜੇ ਤੋ ਇਹੋ ਜੀਆਂ ਗੱਲਾਂ ਤੁਸੀਂ ਇੱਕ ਨਵੀਂ ਵਿਵਸਥਾ ਦਾ ਵਾਅਦਾ ਕਰਕੇ ਤੁਸੀਂ ਸੱਤਾ ਚਾਹਿਆ ਫਿਰ ਉਹਦੀ ਕਾਰਗੁਜ਼ਾਰੀ ਵੀ ਤੇ ਲੱਗ ਹੋਣੀ ਚਾਹੀਦੀ ਤੁਸੀਂ ਕੈਪਟਨ ਨੂੰ ਵਿੱਚ ਕਿਉਂ ਲਿਆਉਣਾ ਬਾਦਲ ਨੂੰ ਕਿਉਂ ਲਿਆਉਣਾ ਉਹਨਾਂ ਨਾਲ ਤੇ ਤੁਸੀਂ ਹੈ ਹੀ ਲੱਗ ਗਿਆ ਤਾਂਗੇ ਤੁਹਾਨੂੰ ਐਡਾ ਵੱਡਾ ਮੈਂਡੇਟ ਲੋਕਾਂ ਨੇ ਦਿੱਤਾ ਉਹਦਾ ਵੀ ਧੂਆਂ ਕੱਢਦਾ ਟਰਾਂਸਪੋਰਟ ਦਾ ਕਿਉਂਕਿ ਪੈਸੇ ਉਹਨੇ ਆਉਂਦੇ ਨਹੀਂ ਸਰਕਾਰ ਨੇ ਰੀਇੰਬਰਸ ਕਰਨੇ ਹੁੰਦੇ ਆ ਬੀਬੀਆਂ ਦੇ ਜਿਹੜੇ ਮੁਫਤ ਬੈਠ ਕੇ ਜਾਂਦੀਆਂ ਤਾਂ ਕੋਈ ਸਾਨੂੰ ਉਹਨਾਂ ਨਾਲ ਕੋਈ ਦੁੱਖ ਨਹੀਂ ਹੈਗਾ ਜੇ ਤੁਹਾਡੇ ਕੋਲ ਪੈਸਾ ਆ ਗਿਆ ਤੇ ਭਾਵੇਂ ਤੁਸੀਂ ਬੰਦਿਆਂ ਨੂੰ ਵੀ ਮੁਫਤ ਕਰ ਦਿਓ ਇਸ ਸਟੇਟ ਦਾ ਸਟੇਟ ਦੀ ਜ਼ਿੰਮੇਵਾਰੀ ਕੱਲਾ ਬੀਬੀਆਂ ਨੂੰ ਕਿਉਂ ਕਰਨਾ ਇਹ ਤੇ ਭੈਸੀ ਵੀ ਟਿਸਕੀ ਕਿ ਇਹ ਰਿਸੋਰਸ ਹੋ ਰਿਹਾ ਫ੍ਰੀ ਸਫਰ ਹੈ ਯੂਪੀ ਦੇ ਵਿੱਚ ਵੀ ਆ ਦਿੱਲੀ ਦੇ ਵਿੱਚ ਤਾਂ ਹੈ ਹੀ ਚਲੋ ਸਰਕਾਰ ਇਹਨਾਂ ਦੀ ਹੈ ਨਹੀਂ ਇਹ ਤੇ ਹੁਣ ਹੋਈ ਹੋਰ ਗੱਲ ਲਾ ਲੋ ਇੱਥੇ ਇਹ ਗੱਲ ਛੱਡ ਦਿਓ ਅਸੀਂ ਜੀ ਤੁਹਾਨੂੰ ਤੀਰਥ ਯਾਤਰਾਵਾਂ ਕਰਵਾਵਾਂਗੇ ਵਿੱਚੇ ਕੇਜਰੀਵਾਲ ਕਰਵਾਉਂਦਾ ਵਿੱਚੇ ਭਾਜਪੀ ਕਰਵਾਉਂਦੀ ਹੈ ਅਕਾਲੀ ਦਲ ਵੀ ਕਰਵਾਉਂਦਾ ਇਹ ਕਿਹੜਾ ਕੰਮ ਹੈ ਪਈ ਲੁਕੀ ਆਪਣੀ ਸ਼ਰਧਾ ਆ ਧਾਰਮਿਕ ਕਿਸੇ ਦਾ ਕੋਈ ਧਰਮ ਆ ਕਿਸੇ ਦਾ ਇਸਲਾਮ ਧਰਮ ਹੈਗਾ ਆ ਕਿਸੇ ਦਾ ਸਿੱਖ ਧਰਮ ਆ ਕਿਸੇ ਦਾ ਹਿੰਦੂ ਧਰਮ ਆ ਉਹ ਸਦੀਆਂ ਤੋਂ ਅੱਜ ਤੋਂ ਨਹੀਂ ਸਦੀਆਂ ਤੋਂ ਇਹ ਇਸ ਗੱਲ ਦਾ ਕਿ ਜਿੱਥੇ ਜਿਹਦੀ ਨੀੱਚਾ ਹੈਗੀ ਆ ਉਹ ਜਾ ਕੇ ਨਾਤਮਸਤਕ ਹੁੰਦਾ ਆਪਣੇ ਖਰਚੇ ਤੇ ਜਾਂਦਾ ਕਿਉਂਕਿ ਉਹ ਤੇ ਕਮਾਈ ਚੋਂ ਕਰਨਾ ਚਾਹੀਦਾ ਤਾਂ ਹੀ ਉਹਨੂੰ ਜਿਹੜੀ ਆ ਅੰਦਰੋਂ ਮਾਨਸਿਕ ਸ਼ਾਂਤੀ ਮਿਲੂਗੀ ਆਤਮਿਕ ਸ਼ਾਂਤੀ ਮਿਲੂਗੀ ਜੇ ਸਰਕਾਰ ਨੇ ਉਹਦਾ ਵੀ ਰਾਜਨੀਤੀ ਸਿਆਸੀਕਰਨ ਕਰਤਾ ਆ ਜਾਓ ਬਈ ਗੱਡੀ ਚੱਲੀ ਆ ਬਹਿ ਜਾਓ ਚਲੋ ਉਹ ਫਲਾਨੇ ਪਿੰਡ ਦੇ ਬੰਦੇ ਚਲੋ ਕੋਟੇ ਲੱਗੇ ਹੋਏ ਆ ਅੱਜ ਫਲਾਨੇ ਨੂੰ ਲੈ ਜਾਓ ਤਾਂ ਕਿ ਉੱਥੇ ਵੋਟਾਂ ਬਟੋਰਨੀ ਆ ਉਹਨੂੰ ਵੀ ਵੋਟਾਂ ਬਟੋਰਨ ਦਾ ਸਾਥ ਲੋਕਾਂ ਦੀ ਆਸਤਾ ਦਾ ਬਣਾਤਾ ਇਹ ਲੋਕਾਂ ਨੂੰ ਕੰਫਰਟ ਨਹੀਂ ਹੈ ਲੋਕਾਂ ਨੂੰ ਲੋਭ ਤੇ ਲਾਲਚ ਵਿੱਚ ਫਸਾ ਕੇ ਵੋਟਾਂ ਲੈਣ ਦੇ ਇੱਕ ਸਾਧਨ ਬਣ ਚੁੱਕੇ ਆ ਇਸੇ ਕਰਕੇ ਪੰਜਾਬ ਦਾ ਕੁਝ ਬਣ ਨਹੀਂ ਰਿਹਾ ਤੇ ਕਿਸੇ ਦਾ ਵੀ ਸਾਡੇ ਦੇਸ਼ 'ਚ ਬਣਨਾ ਨਹੀਂ ਗਰੀਬ ਅਮੀਰ ਦਾ ਗਰੀਬ ਦਾ ਪਾੜਾ ਵਧ ਰਿਹਾ ਅੱਜ ਤੁਸੀਂ ਪੜ੍ਹ ਕੇ ਦੇਖ ਲਓ ਕਿੰਨੇ ਕਿੰਨਾ ਕੀ ਹਾਲਤ ਹੈਗੀ ਆ ਸਾਡੀ ਔਰ ਲੋਕਾਂ ਦੀਆਂ ਆਜ਼ਾਦੀਆਂ ਭਾਵੇਂ ਉਹ ਮੀਡੀਆ ਦੀ ਆਜ਼ਾਦੀ ਆ ਭਾਵੇਂ ਲੋਕਾਂ ਦੇ ਬੋਲਣ ਦੀ ਆਜ਼ਾਦੀ ਆ ਭਾਵੇਂ ਲੋਕਾਂ ਦੀ ਪ੍ਰੋਟੈਸਟ ਕਰਨ ਦੀ ਆਜ਼ਾਦੀ ਆ ਉਸ ਨੂੰ ਕਟੇਲ ਕੀਤਾ ਜਾ ਰਿਹਾ ਉਹਦੇ ਤੇ ਹਮਲਾ ਕੀਤਾ ਜਾ ਰਿਹਾ ਇਹ ਕਿਹੋ ਜਿਹਾ ਨਿظام ਤੁਸੀਂ ਚਾਹੁੰਦੇ ਆ ਕੁਝ ਕੁ ਬੰਦਿਆਂ ਦੀ ਜੇਬ 'ਚ ਸਾਰੇ ਕੁਝ ਪਾ ਕੇ ਤੇ ਵਿਵਸਥਾ ਨੂੰ ਇੱਕ ਦੋ ਬੰਦੇ ਜੇਬ 'ਚ ਪਾਈ ਫਿਰਦੇ ਆ ਉਹੋ ਹੀ ਹਾਲਤ ਇਹਨਾਂ ਦਾ ਹੈ ਇੱਥੇ ਪੰਜਾਬ ਦੇ ਅੰਦਰ ਵੀ ਸਾਰੀ ਸ਼ਕਤੀ ਦਾ ਕੇਂਦਰੀਕਰਨ ਭਗਵੰਤ ਮਾਨ ਨੇ ਮੋਦੀ ਵਾਂਗੂ ਕਰ ਲਿਆ ਹੈ ਮਿਨੀ ਮੋਦੀ ਬਣ ਗਏ ਹੈ ਤੇ ਉਹਦੇ ਤੋਂ ਜਿਹੜੇ ਆਮ ਉਹਨਾਂ ਦੇ ਆਪਣੇ ਬੰਦੇ ਇੰਨੇ ਪਰੇਸ਼ਾਨ ਹੈ ਕਿ ਸੰਦੂ ਕੋ ਪਠਾਣੀ ਚ ਵੀ ਨਹੀਂ ਪੁੱਛਦਾ ਸਾਡੇ ਨਾਲ ਕੋਈ ਗੱਲ ਕਰਨ ਲਈ ਤਿਆਰ ਨਹੀਂ ਹੈਗਾ ਇਸ ਕਿਸਮ ਉਹਦੇ ਕਹਿੰਦੇ ਸਾਡੇ ਨਾਲ ਉਹਦੇ ਵਿਰੋਧੀ ਪਾਰਟੀਆਂ ਦਾ ਜਿਹੜਾ ਹਲਕਾ ਚਾਰਜ ਉਹ ਇੱਕ ਚੁਣਿਓ ਐਮਐਲਏ ਨਾਲੋਂ ਜ਼ਿਆਦਾ ਤਕੜਾ ਹੈ ਇਹ ਉਹਨਾਂ ਦਾ ਇਹਨਾਂ ਦੇ ਆਪਣੇ ਐਮਐਲਿਆਂ ਦੀ ਸ਼ਿਕਾਇਤ ਹੈਗੀ ਹੈ ਉਹਦਾ ਮਤਲਬ ਇਹ ਹੈ ਕਿ ਪੁਲਿਸ ਨੂੰ ਜਾਂ ਐਡਮਿਨਿਸਟ੍ਰੇਸ਼ਨ ਨੂੰ ਇਹ ਪ੍ਰਭਾਵ ਦਿੱਤਾ ਗਿਆ ਭਗਵੰਤ ਮਾਨ ਹੁਣਾ ਵੱਲੋਂ ਤੇ ਭਾਈ ਜੇ ਉਹ ਮੈਂ ਕਹੂੰਗਾ ਉਹ ਕਰਨਾ ਬਾਕੀ ਦੀ ਕੋਈ ਬਗਤੀ ਪ੍ਰਵਾਹ ਨਹੀਂ ਹੈਗੀ ਇਹ ਜਿਹੜਾ ਡੈਮੋਕ੍ਰੇਸੀ ਦੀ ਜਿਹੜੀ ਬੇਸਿਕ ਫੰਡਾਮੈਂਟਲ ਕੈਰੇਕਟਰ ਹੈਗਾ ਉਹਦੀ ਪਰਿਭਾਸ਼ਾ ਉਹਦੇ ਵਿਪਰੀਤ ਹੈ ਉਹਦੇ ਵਿਰੋਧ ਦੇ ਤੇ ਉਹਨੂੰ ਢਾਹ ਲਈ ਹੋਈ ਹੈ ਇਸ ਲਈ ਜਦ ਤੱਕ ਇਹ ਸੱਚੀ ਮੁੱਚੀ ਸੰਜੀਦਗੀ ਦੇ ਨਾਲ ਇਮਾਨਦਾਰੀ ਦੇ ਨਾਲ ਸਰਕਾਰ ਚਲਾਉਣ ਵਾਲੇਗੇ ਨਹੀਂ ਚੱਲਣਗੇ ਪੈਸਾ ਨਹੀਂ ਆਊਗਾ ਪਹਿਲਾਂ ਵਾਂਗੂ ਰੇਤਾ ਬਜਰੀ ਦੀ ਪੂਰੀ ਵੱਡੇ ਪੱਦਰ ਤੇ ਲੁੱਟ ਹੋ ਰਹੀ ਆ ਪਹਿਲਾਂ ਵਾਂਗੂ ਨਸ਼ਿਆਂ ਦਾ ਜਿਹੜਾ ਪੈਸਾ ਵੱਡੇ ਪੱਦਰ ਤੇ ਲੁੱਟਿਆ ਜਾ ਰਿਹਾ ਉਹਦੇ ਚ ਕਿਹੜੇ ਕਿਹੜੇ ਭਾਈ ਭਾਲਿਆ ਉਹ ਕੁਮਰ ਵਿਜੇ ਪ੍ਰਤਾਪ ਦੀ ਵੀਡੀਓ ਸੁਣ ਲਓ ਕਹਿੰਦਾ ਮੈਂ ਜਾਣਦਾ ਪੁਲਿਸ ਅਫਸਰ ਮੈਂ ਜਾਣਦਾ ਰਗਵ ਚੱਡਾ ਇਨ੍ਹਾਂ ਚੀਜ਼ਾਂ ਚ ਇਨਵੋਲਡ ਜਾਦਾਉ ਨਾਂ ਲੈ ਕੇ ਕਹਿ ਰਿਹਾ ਆ ਤੁਸੀਂ ਕੋਈ ਉਹਦੀ ਇਨਕੁਆਇਰੀ ਕਰਾਈ ਉਹ ਤੇ ਸਾਡੇ ਐਮਐਲਏ ਨਹੀਂ ਹੈ ਉਹ ਤੇ ਆਮ ਆਦਮੀ ਪਾਰਟੀ ਦਾ ਐਮਐਲਏ ਉਹਨੂੰ ਤੇ ਕੇਜਰੀ ਵਾਲੇ ਤੇ ਜੁਆਇਨ ਕਰਵਾ ਕੇ ਗਿਆ ਪਾਰਟੀ 'ਚ ਤੁਸੀਂ ਕਿਸੇ ਤਰ੍ਹਾਂ ਕਿਸੇ ਲੋਕਾਂ ਦੀ ਆਵਾਜ਼ ਸੁਣੋ ਬੰਦਿਆਂ ਦੀ ਆਵਾਜ਼ ਸੁਣੋ ਕਿ ਥੱਲਿਓਂ ਹੋਕ ਹੀ ਰਿਆ ਉਹ ਪੈਸਾ ਜਿੱਥੋਂ ਬੰਦ ਹੋਣਾ ਚਾਹੀਦਾ ਸੀਗਾ ਉੱਥੋਂ ਬੰਦ ਨਹੀਂ ਮਤਲਬ ਕਹਿੰਦੀ ਹੋਏ ਤੇ ਤੁਹਾਨੂੰ ਨਸ਼ਿਆਂ ਵਾਲਾ ਪੈਸਾ ਤੇ ਬੰਦ ਕਰਨਾ ਚਾਹੀਦਾ ਨਸ਼ਾ ਬੰਦ ਹੋਣਾ ਚਾਹੀਦਾ ਉਹ ਆਉਂਦਾ ਤੇ ਸਰਕਾਰੀ ਖਜ਼ਾਨੇ 'ਚ ਨਹੀਂ ਹੈ ਹਾਂ ਜੇ ਛਰਾਬ ਨੂੰ ਤੁਸੀਂ ਨਸ਼ਾ ਸਮਝਦੇ ਆਂ ਮੈਂ ਦਿਨਾਚਾ ਸਮਝਦਾ ਜੇ ਤੁਸੀਂ ਨਹੀਂ ਸਮਝਦੇ ਗੱਲ ਲੱਗ ਗਿਆ ਲੱਗ ਕਿਸਮ ਦਾ ਨਸ਼ਾ ਆ ਸਮਾਜਿਕ ਤੌਰ ਤੇ ਪ੍ਰਮਾਨਿਤ ਕਹਿ ਲੋ ਤੁਸੀਂ ਪੂਰਾ ਸਮਾਜ ਨਹੀਂ ਕੁਝ ਹਿੱਸਾ ਸਮਾਜ ਦਾ ਉਹਨੂੰ ਪ੍ਰਮਾਨ ਪ੍ਰਵਾਨ ਚੜਿਆ ਹੈ ਹੈ ਤੇ ਨਸ਼ਾ ਨਹੀਂ ਤੇ ਐਵੇਂ ਕਾਨੂੰ ਕੋਈ ਇੰਨਾ ਪੈਸਾ ਖਰਚੀਊਗਾ ਜੇ ਨਸ਼ਾ ਹੈ ਹੀ ਨਹੀਂ ਉਦਾਸਰੀ ਕੋਈ ਨਹੀਂ ਤੇ ਕੋਈ ਸ਼ਾਇਦ ਤੇ ਹੈ ਨੀਗਾ ਇਸ ਲਈ ਉਹਦੇ ਵੀ ਸਰਕਾਰੀ ਤੌਰ ਤੇ ਵੱਡੇ ਪੱਧਰ ਤੇ ਪੈਸਾ ਉਹਦੇ ਚ ਕਮਾਉਣਾ ਇਹੋ ਜਿਹਾ ਲੋਕਾਂ ਨਾਲ ਧੱਕਾ ਕਰਕੇ ਕੋਈ ਬਹੁਤੀ ਚੰਗੀ ਲਾਤਾ ਜਾਂ ਉਹਨਾਂ ਨੂੰ ਇੱਕ ਆਦਤ ਲਾਉਣ ਦਾ ਤਰੀਕਾ ਨਹੀਂ ਹੈ ਪ੍ਰਵਿੰਦਰ ਮੈਨੂੰ ਥੋੜ੍ਹਾ ਜਿਹਾ ਇਹੋ ਜਿਹੇ ਮਾਮਲੇ ਤੇ ਆ ਜਾਂਦਾ ਹੁਣ ਇਹਨਾਂ ਦੇ ਦੇਖੋ ਅੰਕੜੇ ਜਿਹੜੇ ਅੱਜ ਚਰਨਜੀਤ ਪੁੱਲਰ ਪੰਜਾਬੀ ਟ੍ਰਿਬਿਊਨ ਦੇ ਵਿੱਚ ਬੜਾ ਵਧੀਆ ਟੰਗਣਾ ਤਕੀਕਾਤ ਕਰਕੇ ਲਿਖਦੇ ਉਹਨਾਂ ਨੇ ਅੰਕੜੇ ਦਿੱਤੇ ਆ ਇਹਨਾਂ ਨੇ ਆਪ ਆਪਣੇ ਤੌਰ ਤੇ ਜਿਹੜੀ ਇਹਨਾਂ ਦੀ ਆ ਫਾਈਨੈਂਸ ਕਮਿਸ਼ਨ ਬਣਿਆ ਹੋਇਆ ਕਿ ਕਿਵੇਂ-ਕਿਵੇਂ ਸਟੇਟ ਨੂੰ ਫਾਇਨਾਂਸ ਕੀਤਾ ਜਾਏ ਉਹਨਾਂ ਦੀ ਮੀਟਿੰਗ ਮੂਵਿੰਗ ਸੱਦੀ ਵੀ ਦੇਖੋਗੇ ਕੜਕ ਜਿਹੜੀ ਗਾਗਰ ਆ ਕੜਾ ਆ ਉਹ ਖਾਲੀ ਆ ਖਜ਼ਾਨਾ ਖਾਲੀ ਆ ਤੇ ਕਿਵੇਂ ਭਰੀ ਉਹਨਾਂ ਨੇ ਦੇਖਿਆ ਜੀ ਕਿ ਦੇਖੋ ਜੀ ਇੱਕ ਤੇ ਜੀ ਸਾਨੂੰ ਅਸੀਂ ਮੈਚ ਕਰਕੇ ਦੇਖਿਆ ਜਿੰਨਾਂ ਲੋਕਾਂ ਦੀ ਮੌਤ ਹੋ ਗਈ ਆ ਉਹ ਸਰਟੀਫਿਕੇਟ ਕੱਢੇ ਗਏ ਤੇ ਦੇਖਿਆ ਗਿਆ ਕਿ ਜਿਹੜੇ ਲੋਕ 올ਡ ਏਜ ਪੈਨਸ਼ਨ ਲੈਂਦੇ ਉਹਨਾਂ ਚੋਂ ਲੱਖ ਤੋਂ ਉੱਪਰ ਬੰਦਾ ਉਹ ਹੀ ਆ ਜਿਹੜਾ ਮੁਫਤ ਦੀ ਪੈਨਸ਼ਨ ਉਹਨਾਂ ਦੇ ਜਿਹੜੇ ਮਰ ਚੁੱਕੇ ਬੰਦੇ ਆ ਇਥੋਂ ਦੁਨੀਆ ਤੋਂ ਰੁਕਸਤ ਹੋ ਚੁੱਕੇ ਆ ਉਹਨਾਂ ਦੇ ਖਾਤਿਆਂ 'ਚ ਪੈਸੇ ਦੁਰੇ ਜਾਂਦੇ ਉਹ ਕੌਣ ਲੈ ਜਾਂਦਾ ਕਿਹਦੇ ਕੋਲ ਗਏ ਅੱਗੇ ਵੀ ਇੱਕ ਵਾਰੀ ਇਹ ਇਨਕੁਆਇਰੀ ਹੋਈ ਸੀ ਤੇ ਪੈਸੇ ਵਾਪਸ ਲੈਣ ਦੀ ਵੀ ਤੁਹਾਨੂੰ ਪਤਾ ਗੱਲਬਾਤ ਚੱਲੀ ਸੀ ਮੇਰੇ ਖਾ ਕੈਪਟਨ ਅਮਰਿੰਦਰ ਸਿੰਘ ਦੇ ਵੇਲੇ ਚੱਲੀ ਸੀ ਉਹ ਮੁੜ ਕੇ ਵਿੱਚ ਠੋਸ ਹੋ ਗਈ ਲੋਕ ਜਿਹੜਾ ਖਾ ਗਿਆ ਖਾ ਗਿਆ ਗਾਂ ਤੋਂ ਤੁਸੀਂ ਬੰਦ ਕਰ ਦਿਓ ਉਨਾ ਹੀ ਬਹੁਤ ਹੈ ਉਹ ਨਹੀਂ ਬੰਦ ਹੋਇਆ 1 ਲੱਖ ਅਜੇ ਵੀ ਖਾਈ ਜਾਂਦਾ ਇੱਕ ਤੇ ਇਹ ਗੱਲ ਹੈ ਉਹਨਾਂ ਨੇ ਕਿਹਾ ਕਿ ਇਹਦੇ ਨਾਲ ਪੈਸਾ ਬਚੂ ਹੁਣ ਕਿੰਨਾ ਕੁ ਪੈਸਾ ਬਚੂ ਇਹ ਦੇਖਣ ਵਾਲੀ ਗੱਲ ਸਭ ਤੋਂ ਮਾੜੀ ਗੱਲ ਜਿਹੜੀ ਇੱਥੇ ਹੋਈ ਆ ਪੈਸਾ ਨਾ ਬਚਾਉਣ ਵਾਲੀ ਉਹ ਹੈ ਮੁਫਤ ਬਿਜਲੀ ਮੁਫਤ ਬਿਜਲੀ ਕਿਸੇ ਨੇ ਨਹੀਂ ਸੀ ਮੰਗੀ ਕਿਹਨੇ ਕਿਹਾ ਸੀ ਤੁਹਾਨੂੰ ਤੁਹਾਨੂੰ ਮੁਫਤ ਬਿਜਲੀ ਦਿਓ ਸਿਰਫ ਵੋਟਾਂ ਮਟੋਰਨ ਲਈ ਲੋਕਾਂ ਨੇ ਦੋ ਦੋ ਮੀਟਰ ਲਾ ਲਏ ਜਿਨ੍ਹਾਂ ਦਾ 500 ਹੁੰਦਾ ਸੀ ਉਹਨੇ ਦੋ ਮੀਟਰ ਲਾ ਲਏ ਤੇ ਪੌਣੇ 350 ਪੌਣੇ 350 ਦੇ ਨਾਲ ਉਹਨਾਂ ਦਾ ਕੰਮ ਵਿੱਚ ਚਲੇ ਚੱਲ ਗਿਆ 2.5 250 ਦੇ ਨਾਲ ਉਹਨਾਂ ਦਾ ਕੰਮ ਚਲੇ ਚੱਲ ਗਿਆ ਇਸ ਲਈ ਉਹ ਮਦਦ ਨੂੰ ਹਾਲਤੇ ਬੜੀਓ ਯਾਜ ਦੀ ਰੇਟ ਦੇ ਵਿੱਚ ਕਿ ਉਹ 2.5 ਰੁਪਏ ਪਰ ਯੂਨਿਟ ਸਬਸਿਡੀ ਵੀ ਲਈ ਜਾਂਦੇ ਤਾਂ ਉਧਰੋਂ 300 ਯੂਨਿਟ ਮੁਫਤ ਵੀ ਲਈ ਜਾਂਦੇ ਆ ਡਬਲ ਡਬਲ ਸਬਸਿਡੀ ਸਟੇਟ ਵੱਲੋਂ ਇਹ ਕੋਈ ਕੰਜ਼ਿਊਮਰ ਨੂੰ ਟੁਰੀ ਜਾ ਰਹੀ ਹੈ ਇਹ ਹੈ ਤੇ ਬਿਜਲੀ ਦਾ ਹਾਲ ਬਾਕੀ ਵੀ ਜੇ ਮੈਂ ਤੁਹਾਨੂੰ ਸਾਰੀਆਂ ਗੱਲਾਂ ਦੱਸੀਆਂ ਆ ਭਾਵੇਂ ਉਹ ਬਿਜਲੀ ਦਾ ਹੈ ਭਾਵੇਂ ਉਹ ਬਾਕੀ ਜਿਹੜੀਆਂ ਰਾਹਤਾਂ ਦਿੱਤੀਆਂ ਜਾ ਰਹੀਆਂ ਉਹ ਕਿਸੇ ਸਿਸਟਮ ਚ ਨਹੀਂ ਅਜੇ ਤੇ ਸ਼ੁਕਰ ਕਰੋ ਉਹ ਜਿਹੜਾ ਬੀਬੀਆਂ ਵਾਲਾ ਹਜ਼ਾਰ-ਹਜ਼ਾਰ ਰੁਪਈਆ ਨਹੀਂ ਸ਼ੁਰੂ ਹੋਇਆ ਉਹ ਤੇ ਬਿਲਕੁਲ ਹੀ ਧੂਆ ਕੱਢ ਦੂ ਐਨ ਮਸ਼ੀਨ ਜਿਹੜੀ ਆ ਬੰਦ ਹੋ ਜੂਗੀ ਸਾਰੀ ਚੱਲਣ ਵਾਲੀ ਪਾਵਰ ਦਾ ਤੁਹਾਨੂੰ ਜਿੰਨੀ ਇਸ ਵੇਲੇ ਲੋਡ ਆ ਪਾਵਰ ਦਾ ਮਤਲਬ ਬਿਜਲੀ ਦੀ ਲੋਡ ਹੈਗੀ ਆ ਅੱਜ ਮੇਰਾ ਖਿਆਲ 15471 ਮੈਗਾਵਾਟ ਉਹ ਉਹਦੀ ਲੋਡ ਪੈ ਗਈ ਕਹ ਲੋਗ ਕਹਿ ਰਿਹਾ ਐ ਐਸਟੀਮੇਸ਼ਨ ਐ ਇੰਜੀਨੀਅਰਿੰਗ ਫੈਡਰੇਸ਼ਨ ਦਾ ਜਿਹੜੀ ਇਲੈਕਟ੍ਰੀਕਲ ਇੰਜੀਨੀਅਰਿੰਗ ਫੈਡਰੇਸ਼ਨ ਹੈ ऑलरेडी ਆਦੀ ਉਹਨਾਂ ਨੇ ਐਸਟੀਮੇਟ ਦਿੱਤਾ ਕਿ 16500 ਮੈਗਾਵਾਟ ਅਗਲੇ ਮਹੀਨੇ ਜੁਲਾਈ ਦੇ ਵਿੱਚ ਲੋਡ ਇਹ ਪੈ ਸਕਦੀ ਹੈ ਗਰਮੀ ਕਰਕੇ ਫਿਰ ਤਾਂ ਝੋਨਾ ਪਾਣੀ ਬੰਬੀਆਂ ਸਾਰਾ ਕੁਝ ਚੱਲਣਾ 14 ਲੱਖ ਟਿਊਬਲ ਚੱਲਣਾ ਉਦੋਂ ਫਿਰ ਕੀ ਹਾਲ ਹੋਊਗੀ ਸਾਡੀ ਉਹ ਕਿੱਥੋਂ ਆਊਗੀ ਬਿਜਲੀ ਸ਼ਟਡਾਊਨ ਚੰਡੀਗੜ੍ਹ ਦੇ ਵਿੱਚ ਵੀ ਹੋਣਾ ਸ਼ੁਰੂ ਹੋ ਗਿਆ ਜਿਹਦੇ ਚ ਕਦੀ ਅਸੀਂ ਦੇਖਿਆ ਨਹੀਂ ਸੀ ਬਾਕੀ ਸਾਰੇ ਪੰਜਾਬ ਚ ਹਾਹਾਕਾਰ ਮੱਚੀ ਹੈ ਜਦ ਤੱਕ ਮੀਂਹ ਨਹੀਂ ਪੈਂਦਾ ਕਿਸੇ ਕਿਸਮ ਦੀ ਰਾਹਤ ਹੋਣੀ ਨਹੀਂ ਜੇ ਜੇ ਤੁਸੀਂ ਮੁਫਤ ਬਿਜਲੀ ਦੋਗੇ ਤਾਂ ਫਿਰ ਤੇ ਇਹੀ ਕੁਝ ਹੋਊਗਾ ਲੋਕ ਆਪਣੀਆਂ ਮੌਜਾ ਖਾਣਗੇ ਏਸੀ ਲਾਉਣਗੇ ਏਸੀ ਇੰਨੇ ਗਿਣਤੀ ਵਧ ਗਈ ਹੈ ਸਾਰੇ ਨਾਰਥ ਇੰਡੀਆ ਦੇ ਵਿੱਚ ਲਾਉਣ ਵਾਲਿਆਂ ਦੀ ਤੇ ਉਹ ਜਦੋਂ ਤੁਸੀਂ ਇਹ ਸਟੇਟ ਦੀ ਟੋਟਲ ਮਿਸਮੈਨੇਜਮੈਂਟ ਆ ਉਹਦੇ ਨਾਲ ਪੈਸੇ ਬਚਣੇ ਨਹੀਂ ਤੇ ਇੱਕ ਤੇ ਜਿਹੜਾ ਦੁਰਵਰਤੋਂ ਮੈਂ ਮੈਂ ਕਹੂੰਗਾ ਕਿ ਰਾਹਤ ਦੇ ਨਾਂ ਤੇ ਦੁਰਵਰਤੋਂ ਜਿਹੜੇ ਗਰੀਬ ਆ ਉਹਨਾਂ ਨੂੰ ਹੋਰ ਰਾਹਤ ਦਿਓ ਚੰਗਾ ਹੈਲਥ ਸਿਸਟਮ ਦੋ ਜਿੱਥੇ ਗਰੀਬ ਆਪਣਾ ਸਸਤਾ ਇਲਾਜ ਕਰਾ ਸਕਣ ਚੰਗਾ ਚੰਦਾ ਚੰਗਾ ਤੁਸੀਂ ਪ੍ਰਾਈਵੇਟਾਂ ਨਾਲੋਂ ਵਧੀਆ ਸਰਕਾਰੀ ਸਕੂਲੀ ਸਿਸਟਮ ਦੋ ਸਕੂਲ ਦੀ ਸਿੱਖਿਆ ਦਾ ਸਿਸਟਮ ਜਿਹੜਾ ਉਹਨੂੰ ਮਜ਼ਬੂਤ ਕਰੋ ਤਾਂ ਕਿ ਗਰੀਬ ਬੱਚੇ ਇਹ ਤੇ ਸਬਸਿਡੀ ਹੈ ਨਾ ਇਹ ਵੀ ਇੱਕ ਕਿਸਮ ਦੀ ਉਹ ਸਾਨੂੰ ਸਮਝ ਪੈਂਦੀ ਆ ਉਹ ਸਟੇਟ ਵੈਲਫੇਅਰ ਦਾ ਇੱਕ ਬਹੁਤ ਹੀ ਅਹਿਮ ਅੰਗ ਹੈਗੇ ਪਰ ਜੇ ਤੁਸੀਂ ਵੋਟਾਂ ਮਟੋਰਨ ਲਈ ਕਿਸੇ ਨੂੰ ਵੀ ਕੁਝ ਕਰੀ ਜਾਓਗੇ ਔਰ ਜਿਹੜੀਆਂ ਚੀਜ਼ਾਂ ਦੂਜੀਆਂ ਰੁਕਣੀਆਂ ਚਾਹੀਦੀਆਂ ਨਸ਼ੇ ਜਾਂ ਹੋਰ ਉਹਦੇ ਤੇ ਐਕਸ਼ਨ ਨਹੀਂ ਕਰੋਗੇ ਲਾਉਂਡ ਆਰਡਰ ਦਾ ਨਹੀਂ ਕਰੋਗੇ ਤਾਂ ਸਟੇਟ ਜਿਹੜੀ ਆ ਚੱਲਣੀ ਮੁਸ਼ਕਲ ਐ ਇਸ ਵੇਲੇ ਕੜਿੱਕੇ ਚ ਫਸੇ ਹੋਏ ਲੱਗਦੇ ਆ ਭਾਈ ਇਲੈਕਸ਼ਨ ਆ ਗਈ ਆ 13 ਤਰੀਕ ਨੂੰ ਰਿਜ਼ਲਟ ਆਜਣੇ ਆ 10 ਨੂੰ ਵੋਟਾਂ ਪੈ ਜਾਣੀਆਂ 21 ਤਰੀਕ ਨੂੰ ਲਾਸਟ ਡੇਟ ਹੈ ਕੈਂਡੀਡੇਟਾਂ ਦੀ ਹੋ ਜਾਣੀ ਐਪਲੀਕੇਸ਼ਨ ਦੀ ਬਸ ਇਹ ਦੇ ਇਸ ਪਰਪੇਖ ਦੇ ਵਿੱਚ ਇਹ ਸਾਰੀ ਚਿੰਤਾ ਪ੍ਰਗਟਾਈ ਜਾ ਰਹੀ ਹੈ ਪ੍ਰਵਿੰਦਰ ਪਰ ਜਿਸ ਪਾਸੇ ਨੂੰ ਡਾਇਰੈਕਸ਼ਨ ਲੈ ਲਈ ਆ ਜੋ ਰਸਤਾ ਫੜ ਲਿਆ ਆ ਭਗਵੰਤ ਮਾਨ ਦੀ ਸਰਕਾਰ ਨੇ ਉਸ ਨੂੰ ਬਿਲਕੁਲ ਉਹਦੇ ਆਪੋਜ਼ਿਟ ਜਾਣ ਦੀ ਲੋੜ ਆ ਤਾਂ ਜਾ ਕੇ ਸਾਡੀ ਜਿਹੜੀ ਆਰਥਿਕ ਸਿਹਤ ਹੈ ਸੂਬੇ ਦੀ ਉਹ ਕੋਈ ਥੋੜੀ ਬਹੁਤ ਠੀਕ ਹੋ ਸਕਦੀ ਹੈ ਠੀਕ ਹੈ ਪ੍ਰੋਫੈਸਰ ਸਾਹਿਬ ਤੁਸੀਂ ਸਿਹਤ ਦੀ ਗੱਲ ਕਰ ਰਹੇ ਹੋ ਅਕਾਲੀ ਦਲ ਦੀ ਸਿਹਤ ਨਜ਼ਰ ਜਿਹੜੀ ਆ ਰਹੀ ਹੈ ਉਹ ਡਾਵਾ ਡੋਲ ਨਜ਼ਰ ਆ ਰਹੀ ਹੈ ਉਹ ਠੀਕ ਨਹੀਂ ਹੈਗੀ ਬਗਾਵਤ ਹੈ ਜਿਹੜੀ ਅਕਾਲੀ ਦਲ ਦੇ ਵਿੱਚ ਲਗਾਤਾਰ ਸਾਹਮਣੇ ਆ ਰਹੀ ਹੈ ਪਹਿਲਾਂ ਮਨਪ੍ਰੀਤ ਸਿੰਘ ਯਾਲੀ ਹੋਰੀ ਸੀ ਜਿਹੜੇ ਉਹਨਾਂ ਨੇ ਬਗਾਵਤ ਕੀਤੀ ਉਹਨਾਂ ਨੇ ਕਿਤੇ ਨਾ ਕਿਤੇ ਗਤੀਵਿਧੀਆਂ ਨੇ ਜਿਹੜੀਆਂ ਉਹ ਬੰਦ ਕਰ ਦਿੱਤੀਆਂ ਨੇ ਫਿਲਹਾਲ ਦੀ ਗੱਡੀ ਲਈ ਤਾਂ ਦੂਜੇ ਪਾਸੇ ਹੁਣ ਇੱਕ ਹੋਰ ਆਗੂ ਨੇ ਜਿਹੜੇ ਪੁਰਾਣੇ ਜੁੜੇ ਹੋਏ ਅਕਾਲੀ ਦਲ ਦੇ ਟਕਸਾਲੀ ਆਗੂ ਵੀ ਕਹਿ ਦਈਏ ਚਲੋ ਉਹਨਾਂ ਨੂੰ ਮਾੜੀ ਗੱਲ ਨਹੀਂ ਕਿਉਂਕਿ ਲੰਬਾ ਸਮਾਂ ਹੋ ਗਿਆ ਅਕਾਲੀ ਦਲ ਨਾਲ ਜੁੜੇ ਨੇ ਚਰਨਜੀਤ ਸਿੰਘ ਬਰਾੜ ਉਹਨਾਂ ਨੇ ਵੀ ਕਿਤੇ ਨਾ ਕਿਤੇ ਅਕਾਲੀ ਦਲ ਦੇ ਵਿੱਚ ਬਗਾਵਤ ਕੀਤੀ ਹੈ ਇੱਕ ਚਿੱਠੀ ਲਿਖੀ ਸੁਖਬੀਰ ਬਾਦਲ ਹੋਰਾਂ ਨੂੰ ਸਲਾਹ ਦਿੱਤੀ ਉਹਨਾਂ ਨੇ ਉਸ ਚਿੱਠੀ ਤੋਂ ਬਾਅਦ ਵਿਵਾਦ ਖੜਾ ਹੋਇਆ ਇੰਟਰਵਿਊਆਂ ਸਾਹਮਣੇ ਆਈਆਂ ਇੰਟਰਵਿਊਆਂ ਦੇ ਵਿੱਚ ਵੀ ਉਹਨਾਂ ਨੇ ਇੱਥੋਂ ਤੱਕ ਆਖ ਦਿੱਤਾ ਕਿ ਇਹ ਪਾਰਟੀ ਕਿਸੇ ਦੀ ਨਿੱਜੀ ਪਾਰਟੀ ਨਹੀਂ ਹੈ ਇਹ ਜਥੇਬੰਦਕ ਪਾਰਟੀ ਆ ਉਹ ਜਿਹੀ ਹੀ ਤੇਵਰ ਜੋ ਤੇਵਰ ਢੀਂਡਸਾ ਹੋਰਾਂ ਨੇ ਦਿਖਾਈ ਮਨਪ੍ਰੀਤ ਸਿੰਘ ਯਾਲੀ ਹੋਰਾਂ ਨੇ ਦਿਖਾਈ ਤੁਹਾਨੂੰ ਕੀ ਲੱਗਦਾ ਕਮੀ ਕਿੱਥੇ ਰਹਿ ਗਈ ਕਿ ਸੁਖਬੀਰ ਬਾਦਲ ਹੋਰਾਂ ਦੀ ਜਿਹੜੀ ਅੜੀ ਹੈ ਉਹ ਨਹੀਂ ਟੁੱਟ ਰਹੀ ਕਿਉਂ ਨਹੀਂ ਟੁੱਟ ਰਹੀ ਆੜੀ ਮੈਨੂੰ ਨਹੀਂ ਮੈਨੂੰ ਲੱਗਦਾ ਕਿ ਪਾਰਟੀਆਂ ਦੇ ਅੰਦਰ ਇੱਕ ਡੈਮੋਕ੍ਰੇਸੀ ਜਿਹਨੂੰ ਕਹਿੰਦੇ ਆ ਜਾਂ ਲੋਕਤੰਤਰਕ ਵਿਚਾਰ ਜਾਂ ਉਸ ਦਾ ਸਟਾਂਚਾਗਤ ਪ੍ਰਕਿਰਿਆਵਾਂ ਨਹੀਂ ਹੈਗਾ ਇਹ ਦਿੱਕਤ ਸਭ ਤੋਂ ਵੱਡੀ ਮਿੰਤੇ ਲੱਗਦੀ ਹੈ ਜਮਹੂਰੀਅਤ ਨਹੀਂ ਹੈਗੀ ਪਾਰਟੀਆਂ ਦੇ ਅੰਦਰ ਮਤਲਬ ਪਾਰਟੀ ਜਿਹੜਾ ਪ੍ਰਧਾਨ ਬਣਦਾ ਉਹ ਕਹਿੰਦਾ ਮੈਂ ਪ੍ਰਧਾਨ ਨਹੀਂ ਮੈਂ ਰਾਜਾ ਬਣ ਗਿਆ ਕੋਈ ਵੀ ਹੈ ਉਹਦੇ ਚ ਤੁਸੀਂ ਸੁਖਬੀਰ ਸਿੰਘ ਬਾਦਲ ਵੀ ਸਮਝ ਲਓ ਜਾਂ ਹੋਰ ਵੀ ਪਾਰਟੀਆਂ ਦੇ ਬਹੁਤਿਆਂ ਪ੍ਰਧਾਨਾਂ ਨੂੰ ਸਮਝ ਲਓ ਕੁਝ ਪਾਰਟੀਆਂ ਦੇ ਅੰਦਰ ਉਹ ਜ਼ਿਆਦਾ ਆ ਕੁਝ ਪਾਰਟੀਆਂ ਦੇ ਅੰਦਰ ਘੱਟ ਆ ਬੀਜੇਪੀ ਚ ਦੇਖ ਲਓ ਮੋਦੀ ਆ ਤੇ ਮੌਕਨ ਆ ਮੋਦੀ ਇਹਨੂੰ ਵੋਟਾਂ ਪਾਓ ਕੋਈ ਕੈਂਡੀਡੇਟਾਂ ਦਾ ਮਤਲਬ ਇੰਨਾ ਜ਼ਿਆਦਾ ਕਿੰਨਾਂ ਕਰਨ ਸੱਤਾ ਦਾ ਕਰ ਲਿਆ ਜਾਂਦਾ ਕੋਈ ਕੋਈ ਬੰਦਾ ਸ਼ਰੀਆਮ ਢੱਲੇ ਨਾਲ ਕਹਿੰਦਾ ਫਿਰਦਾ ਕਿ ਮੈਂ ਆ ਤੇ ਬਸ ਸਾਰਾ ਕੁਝ ਆ ਨਹੀਂ ਤੇ ਇੱਥੇ ਕੁਝ ਕੋਈ ਨਹੀਂ ਸਕਦਾ ਔਰ ਉਹ ਪ੍ਰਮਾਨ ਪ੍ਰਮਾਨ ਵੀ ਛੱਡਦਾ ਲੋਕ ਉਸ ਗੱਲ ਨੂੰ ਮੰਨ ਕੇ ਵੀ ਚੱਲਦੇ ਇਸ ਕਿਸਮ ਦੀ ਜਿਹੜੀ ਪ੍ਰਵਿਰਤੀ ਭਾਰੂ ਹੋ ਜਾਂਦੀ ਆ ਪਾਰਟੀਆਂ ਦੇ ਅੰਦਰ ਉਹ ਇੱਕ ਖਤਰਨਾਕ ਹੁੰਦੀ ਹੈ ਦੇਖੋ ਇਹ ਹੁੰਦਾ ਪਾਰਟੀਆਂ ਦੇ ਸਾਰੇ ਕਾਡਰ ਨੂੰ ਲੀਡਰਾਂ ਨੂੰ ਮਿਡਲ ਲੈਵਲ ਦੇ ਲੀਡਰਾਂ ਨੂੰ ਟਾਪ ਲੈਵਲ ਦੇ ਲੀਡਰਾਂ ਨੂੰ ਸਾਰਿਆਂ ਨੂੰ ਖੁਸ਼ ਰੱਖਣਾ ਉਹਨਾਂ ਚ ਤਾਲਮਿਲ ਪੈਦਾ ਕਰਨਾ ਉਹਨਾਂ ਦੇ ਵਿੱਚ ਆਪਣੇ ਆਪ ਨੂੰ ਪ੍ਰਮਾਣਿਤ ਰੱਖਣਾ ਇਹ ਸਾਰੀ ਲੀਡਰਸ਼ਿਪ ਦੀ ਇੱਕ ਚੰਗੀ ਕੁਆਲਿਟੀ ਹੁੰਦੀ ਹੈ ਮੈਨੂੰ ਲੱਗਦਾ ਕਿਤੇ ਨਾ ਕਿਤੇ ਹੋ ਸਕਦਾ ਅਨਲਾਈਕ ਪ੍ਰਕਾਸ਼ ਸਿੰਘ ਬਾਦਲ ਜਿਹੜੇ ਕਿ ਸੁਖਬੀਰ ਸਿੰਘ ਬਾਦਲ ਦੇ ਪਿਤਾ ਜੀ ਲੰਬੀ ਦੇ ਰਿਥੇ ਚੀਫ ਮਿਨਿਸਟਰ ਰਹੇ ਇਹ ਉਹਨਾਂ ਨੇ ਜਿਸ ਢੰਗ ਦੇ ਨਾਲ ਸੂਬੇ ਦੀ ਰਾਜਨੀਤੀ ਨੂੰ ਤੇ ਅਕਾਲੀ ਦਲ ਦੀ ਰਾਜਨੀਤੀ ਨੂੰ ਹੈਂਡਲ ਕੀਤਾ ਉਹ ਦਾਪੇਚ ਇੱਕ ਗੱਲਾਂ ਸੁਖਬੀਰ ਸਿੰਘ ਬਾਦਲ ਸ਼ਾਇਦ ਉਹਨਾਂ ਤੋਂ ਬਿਰਵੇ ਹੈਗੇ ਜਾਂ ਉਹਨਾਂ ਤੋਂ ਉਹ ਜਾਣ ਬੁੱਝ ਕੇ ਥੋੜਾ ਦੂਰ ਰਹਿਣਾ ਚਾਹੁੰਦੇ ਆ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦਾ ਕੀ ਸੀਗਾ ਕਿ ਕਿੱਥੇ ਵੀ ਕਿਸੇ ਕਿਸਮ ਦੀ ਵਿਰੋਧਤਾ ਜਿਹੜੀ ਆ ਉਸ ਨੂੰ ਨਹੀਂ ਖੜੇ ਹੋਣ ਦੇਣਾ ਉਸ ਨੂੰ ਇੱਕਦਮ ਜਿੱਥੇ ਵੀ ਮੜ ਜਾਈ ਤੂੰ ਆ ਨਿਕਲਦਾ ਉੱਥੇ ਫੱਟ ਗਲਾਸ ਇੱਕ ਪਾਣੀ ਦਾ ਪਾਉਣਾ ਤੇ ਠੰਡਾ ਕਰਕੇ ਰੱਖ ਦੇਣਾ ਉਹ ਕਿੱਥੇ ਆ ਕਾਕਾ ਜੀ ਫਲਾਨਾ ਜੋ ਵੀ ਆਪਣੇ ਉਹਨਾਂ ਦੇ ਇੱਕ ਢੰਗ ਤਰੀਕਾ ਸੀ ਕੰਡਕਟ ਸੀਗਾ ਇੱਕ ਭਰੋਸਾ ਵੀ ਸੀ ਲੋਕਾਂ ਦਾ ਉਹਨਾਂ ਦਾ ਉਸ ਕਿਸਮ ਦਾ ਉਹ ਹੈਂਡਲ ਕਰਦੇ ਸੀ ਇਹ ਤੇ ਹੋ ਸਕਦਾ ਕਿ ਜਸਕबीर ਸਿੰਘ ਬਾਦਲ ਹੁਣਾ ਕੋਲ ਉਸ ਕਿਸਮ ਦੇ 10 ਪੀਚ ਨਾ ਹੋਣ ਕਿਉਂਕਿ ਇਹ ਅਗਲੀ ਜਨਰੇਸ਼ਨ ਹੈ ਔਰ ਜਿਨ੍ਹਾਂ ਨੇ ਥੱਲਿਓਂ ਉੱਠ ਕੇ ਰਾਜਨੀਤੀ ਨਹੀਂ ਕੀਤੀ ਵਿਰਸੇ ਵਿੱਚ ਰਾਜਨੀਤੀ ਮਿਲੀ ਪਰ ਨਾਲ ਹੀ ਆ ਜਿਹੜੀ ਦੂਜੇ ਪਾਸੇ ਜਿਹੜੇ ਬਾਕੀ ਕਦੀ ਕੋਈ ਕਦੀ ਕੋਈ ਹੁੰਟੀਂਡਸੇ ਉਹਨਾਂ ਦਾ ਹੀ ਕੇਸ ਲੈ ਲਓ ਜਿਹੜਾ ਸੁਖਦੇਵ ਸਿੰਘ ਢੀਂਡਸਾ ਦੇ ਪੁੱਤਰ ਪਰਵਿੰਦਰ ਢੀਂਡਸਾ ਨੂੰ ਇਹ ਉਹ ਇਹ ਗੱਲ ਦਾ ਉਮੀਦ ਕਰੀ ਬੈਠੇ ਸੀਗੇ ਕਿ ਹਾਂ ਜੀ ਸਾਨੂੰ ਟਿਕਟ ਮਿਲੂਗੀ ਉਹ ਕਹਿੰਦੇ ਆ ਸੁਖਬੀਰ ਸਿੰਘ ਬਾਦਲ ਕੈਸੀ ਤੇ ਪੁੱਛਿਆ ਸੀਗਾ ਤੇ ਸ਼ੁਰੂ ਚ ਕਹਿਤਾ ਸੀਗਾ ਜਦੋਂ ਜੁਆਇਨ ਕਰਨ ਲੱਗੇ ਭਾਈ ਤੁਹਾਨੂੰ ਉਥੋਂ ਦੀ ਟਿਕਟ ਨਹੀਂ ਮਿਲਣੀ ਹੋਰ ਕੋਈ ਜਗ੍ਹਾ ਤੇ ਤੁਹਾਡੇ ਮਨ ਵਿੱਚ ਸਾਨੂੰ ਦੱਸੋ ਇਹਨਾਂ ਨੇ ਉਦੋਂ ਕਿਹਾ ਕਿ ਸਾਨੂੰ ਕੋਈ ਲੋੜ ਨਹੀਂ ਹੁਣ ਆਪਾਂ ਦੋਵੇਂ ਚੁੱਕੇ ਦੀ ਗੱਲ ਮੰਨੀਏ ਇਹ ਬਹੁਤ ਔਖਾ ਪਰ ਇਹਦੇ ਵਿੱਚ ਇੱਕ ਗੱਲ ਤੇ ਸਾਫ਼ ਹੈ ਨਾ ਕਿ ਤਾਲ ਮਿਲਦੀ ਘਾਟ ਲੱਗਦੀ ਹੈ ਤੁਹਾਨੂੰ ਕਿਉਂਕਿ ਜਰਨਜੀਤ ਬਰਾੜ ਹੋਰਾਂ ਦੀ ਚਿੱਠੀ ਦੇ ਵਿੱਚ ਵੀ ਜ਼ਿਕਰ ਹੈ ਕਿ ਮੈਂ ਮਿਲਣ ਦੀ ਕੋਸ਼ਿਸ਼ ਕੀਤੀ ਪਰ ਮਿਲਦੇ ਨਹੀਂ ਅਜੇ ਤੱਕ ਕੀ ਇਹ ਕਮੀਆਂ ਹੈ ਅਕਾਲੀ ਦਲ ਚ ਮੈਂ ਇਸ ਗੱਲ ਨੂੰ ਤੇ ਨਹੀਂ ਬਹੁਤਾ ਮੰਨਦਾ ਕਿ ਸੁਖਬੀਰ ਸਿੰਘ ਬਾਦਲ ਕਿਸੇ ਨੂੰ ਮਿਲਣਾ ਨਹੀਂ ਚਾਹੁੰਦਾ ਇਹ ਗੱਲ ਨਹੀਂ ਮੰਨਣ ਜੋਕ ਹੈਗੀ ਮੈਂ ਤੁਹਾਨੂੰ ਦੱਸਦਾ ਮੈਂ ਨਿੱਜੀ ਤਜਰਬੇ ਚੋਂ ਵੀ ਦੱਸਦਾ ਕਿ ਇਸ ਤਰ੍ਹਾਂ ਨਹੀਂ ਹੈ ਪਰ ਸਵਾਲ ਇੱਕ ਹੋਰ ਹੁੰਦਾ ਆ ਕਿ ਕਈ ਵਾਰੀ ਲੀਡਰ ਕਿਸੇ ਨੂੰ ਅਵੋਇਡ ਕਰਦੇ ਆ ਜਿਦਾਂ ਕਿ ਪੋਲਿਟਿਕਸ ਵਿੱਚ ਨਹੀਂ ਕਰਨਾ ਚਾਹੀਦਾ ਤੁਸੀਂ ਸੁਣੀ ਚਲੋ ਸਾਰਿਆਂ ਨੂੰ ਸੁਣੀ ਚਲੋ ਕਰੋ ਆਪਣੀ ਮਰਜ਼ੀ ਮੈਨੂੰ ਲੱਗਦਾ ਕਿ ਇੱਕ ਹੁਣੇ ਪੋਲਿਟਿਕਲ ਸੈਕਟਰੀ ਦੇ ਤੌਰ ਤੇ ਚਰਨਜੀਤ ਸਿੰਘ ਬਰਾੜ ਇਹਨਾਂ ਦੇ ਨੇੜੇ ਗਏ ਬਹੁਤ ਨੇੜੇ ਜਾਣਾ ਚਾਹੁੰਦੇ ਸੀਗੇ ਉਹਨਾਂ ਨੇ ਹੋ ਸਕਦਾ ਉਹਨਾਂ ਨੂੰ ਲੱਗਾ ਹੋਵੇ ਕਿ ਇਹ ਦਿਨ ਦੇ ਵਿੱਚ ਕੋਈ ਲੋਭ ਲਾਲਚ ਜਾਂ ਇਸ ਕਿਸਮ ਦਾ ਸੁਖਬੀਰ ਸਿੰਘ ਬਾਦਲ ਨੇ ਦੇਖਿਆ ਹੋਵੇ ਜਾਂ ਉਹਨਾਂ ਦੇ ਜਿਹੜੇ ਬਾਕੀ ਦੇ ਪੈਰੋਕਾਰ ਆ ਉਹਨੂੰ ਕਿੰਨਾ ਦਾ ਬਾਰ-ਬਾਰ ਨਾਮ ਲੈ ਰਿਹਾ ਬਰਾੜ ਚਰਨਜੀਤ ਬਰਾੜ ਬਾਰ-ਬਾਰ ਇਹਨਾਂ ਦਾ ਨਾਲ ਰਿਹਾ ਜੀ ਬੰਟੀ ਰਮਾਣਾ ਜੀ ਉਹਦੀ ਇੱਕ ਕਨਾਲ ਦਾ ਘਾਰ ਆ ਜੀ ਇਹਨਾਂ ਦਾ 8 ਕਨਾਲ ਦਾ ਘਾਰ ਆਏ ਉਹਨਾਂ ਦੇ ਘਰ ਵਿੱਚ ਜਾਂਦੇ ਕਿਉਂ ਪਈ ਤੁਹਾਨੂੰ ਕੀ ਆ ਭਾਵੇਂ ਉਹ 2 ਮਰਲੇ ਦੇ ਵਾਲੇ ਘਰ ਵਿੱਚ ਜਾਵੇ ਦੱਸੋ ਕੋ ਜਿਆਦਾ ਚੰਗੀ ਗੱਲ ਐ ਤੇ ਇਸ ਲਈ ਇਹ ਗੱਲਾਂ ਨੂੰ ਤੁਸੀਂ ਤੁਹਾਨੂੰ ਕ੍ਰਿਟਿਸਿਜ਼ਮ ਨਹੀਂ ਬਣਾਉਣਾ ਚਾਹੀਦਾ ਕਿ 8 ਮਰਲੇ ਦੇ ਘਰ ਵਿੱਚ ਹੀ ਜਿਹੜੇ ਦੂਜਿਆਂ ਨੂੰ ਜਾਣਾ ਚਾਹੀਦਾ ਰੋਜੀ ਬਰਕੰਦੀ ਹੈ ਜਾਂ ਇਹਨਾਂ ਦਾ ਉਹਨਾਂ ਦੀ ਗੱਲ ਕਰਦੇ ਫਿਰ ਇਸ ਤਰੀਕੇ ਨਾਲ ਉਹ ਜਿਹੜਾ ਕੀਨਾ ਹੈ ਗਿਆ ਇਹਨਾਂ ਦੇ ਕੈਂਡੀਡੇਟ ਉੱਥੋਂ ਖੜੇ ਹੁੰਦੇ ਆ ਲੁਧਿਆਣੇ ਤੋਂ ਅਕਾਲੀ ਦਲ ਦੇ ਲੀਡਰ ਜਿਹੜੇ ਆ ਗਰੇਵਾਲ ਆ ਉਹਨਾਂ ਨੂੰ ਗਰੇਵਾਲ ਸਾਹਿਬ ਦਾ ਵੀ ਵਿੱਚੇ ਨਾਂ ਲਪੇਟ ਦਿੱਤਾ ਕਿ ਦੇਖੋ ਜੀ ਉਹਨਾਂ ਦੀ ਸੁਣਦੇ ਆ ਕੋਰਟੀ ਦੀ ਸੁਣਦੇ ਆ ਸਾਡੀ ਨਹੀਂ ਸੁਣਦੇ ਇਹ ਨਿੱਜੀ ਸ਼ਿਕਾਇਤਾਂ ਉਹਨਾਂ ਦੀਆਂ ਹੋ ਸਕਦੀਆਂ ਉਹ ਇਹ ਗੱਲ ਠੀਕ ਹੈ ਉਹਨਾਂ ਦੀ ਕਿ ਇਹ ਸੁਣਾਉਣੀ ਚਾਹੁੰਦੇ ਹੋਣ ਇਹ ਵੀ ਲੀਡਰ ਦੇ ਨੇੜੇ ਹੋਣਾ ਚਾਹੁੰਦੇ ਹੋਣ ਉਹ ਇਹਨਾਂ ਨੂੰ ਦੂਰ ਰੱਖਦੇ ਹੋਣ ਤੇ ਉਹਨਾਂ ਨੇ ਹੋਰ ਆਪਣੇ ਨਾਲ ਬੰਦੇ ਜੋੜ ਲਏ ਹੋਣ ਇਹ ਗੱਲਾਂ ਦੇ ਇਸ ਹਿਸਾਬ ਨਾਲ ਤਾਂ ਫਿਰ 2027 ਦੇ ਵਿੱਚ ਅਕਾਲੀ ਦਲ ਦਾ ਸਰਕਾਰ ਬਣਦੀ ਤਾਂ ਕਿਸੇ ਪਾਸੋਂ ਨਜ਼ਰ ਨਹੀਂ ਆਵੇਗੀ ਜੇ ਇਸ ਹਿਸਾਬ ਦੇ ਨਾਲ ਅੰਦਰ ਦਾ ਕਲੇਸ਼ ਹੈ ਜਿਹੜਾ ਇਹ ਇਸੇ ਤਰ੍ਹਾਂ ਬਰਕਰਾਰ ਰਿਹਾ ਜਾਂ ਵਧਦਾ ਰਿਹਾ ਮੈਨੂੰ ਲੱਗਦਾ ਹੈ ਤੁਹਾਡਾ ਨਹੀਂ ਇਹ ਅਬਜ਼ਰਵੇਸ਼ਨ ਦੇ ਠੀਕ ਹੈ ਜੇ ਕਲੇਸ਼ ਇਹਨਾਂ ਪਬਲੀਕਲੀ ਜਗਜਗਰ ਹੋ ਰਿਹਾ ਔਰ ਉਬਲ ਉਬਲ ਕੇ ਜਿਦ ਤਰਾ ਪਤੀਲੇ ਚੋਂ ਦੁੱਧ ਡੁੱਲ ਡੁੱਲ ਕੇ ਪੈਂਦਾ ਹੋ ਜਾ ਰਿਹਾ ਤੇ ਸਰਕਾਰ ਤੇ ਛੱਡੋ ਪਾਰਟੀ ਵਿੱਚ ਆਉਣੀ ਔਕੀ ਹੋਈ ਹੈ ਸੰਕਟ ਇਸ ਕਿਸਮ ਦਾ ਬਣ ਗਿਆ ਹੈ ਕਿ ਪਾਰਟੀ ਬਚੂ ਕਿ ਨਹੀਂ ਬਚੂ ਜਵੇਂ ਯਾਲੀ ਦਾ ਨਾਂ ਲਿਆ ਉਹ ਚੁੱਪੀ ਆ ਇੱਕ ਵਾਰੀ ਉਹਨਾਂ ਨੇ ਕੁਝ ਬਿਆਨ ਦਿੱਤੇ ਸੀ ਹੁਣ ਚੁੱਪ ਕਰਕੇ ਬੈਠੇ ਵੀ ਪਤਾ ਨਹੀਂ ਆਪੇ ਉਹਨਾਂ ਦਾ ਸਭ ਤੋਂ ਹੈਰਾਨੀ ਦੀ ਗੱਲ ਆ ਜਿਹੜੀ ਉਹਨਾਂ ਨੇ ਕਹੀ ਕਿ ਇਹ ਮੈਨੂੰ ਬਾਰ-ਬਾਰ ਨਾਲ ਇੱਕ ਪਾਸੇ ਦੇ ਕੇ ਕਿਹਾ ਕਿ ਮੈਨੂੰ ਇਹਨਾਂ ਦੀ ਪ੍ਰਧਾਨਗੀ ਤੇ ਕੋਈ ਆਬਜੈਕਸ਼ਨ ਨਹੀਂ ਮੈਨੂੰ ਇਹਨਾਂ ਦੀ ਪ੍ਰਧਾਨਗੀ ਤੇ ਕੋਈ ਆਬਜੈਕਸ਼ਨ ਨਹੀਂ ਪਣੇ ਰਹਿਣ ਪਰ ਸਾਡੀਆਂ ਗੱਲਾਂ ਸੁਣ ਪਾਰਟੀ ਨੂੰ ਇੱਕ ਪੰਚ ਪ੍ਰਧਾਨੀ ਬਣਾਉਣ ਪਾਰਟੀ ਨੂੰ ਇੱਕ ਕਮੇਟੀ ਦੇ ਤੌਰ ਤੇ ਚਲਾਉਣ ਪ੍ਰਧਾਨ ਆਪਣੀਆਂ ਮਰਜ਼ੀਆਂ ਨਾਲ ਕਰਨ ਪ੍ਰਧਾਨ ਇਹ ਦਾ ਜਿਹੜਾ ਐਸਜੀਪੀਸੀ ਨਾਲ ਰਿਲੇਸ਼ਨ ਕਿ ਹੋ ਜਾ 100 ਗੱਲਾਂ ਉਸ ਚਿੱਠੀ ਦੇ ਵਿੱਚ ਆਈਆਂ ਤੁਸੀਂ ਇੱਕ ਗੱਲ ਨੋਟ ਕਰੋ ਸਭ ਤੋਂ ਹੈਰਾਨੀ ਦੀ ਗੱਲ ਕੀ ਕਹੀ ਹੈ ਕਿ ਹਰਸਿਮਰਤ ਕੌਰ ਬਾਦਲ ਨੂੰ ਕਿਉਂ ਨਹੀਂ ਬਣਾ ਦਿੰਦੇ ਇਤੋਂ ਤੁਸੀਂ ਸੋਚ ਕੇ ਦੇਖੋ ਮੈਨੂੰ ਤੇ ਇਹ ਸੋਚ ਮੇਰੇ ਮਨ ਚ ਆ ਰਹੀ ਹੈ ਕਿ ਕਿਤੇ ਮਜੀਠੀਆ ਹੁਣਾ ਦੇ ਨਾਲ ਜਦੋਂ ਇੱਕ ਪਾਸੇ ਇਹ ਜਿਹੜੇ ਕੈਰੋਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਆ ਉਹਨਾਂ ਨੂੰ ਚੱਲ ਦੀ ਇਲੈਕਸ਼ਨ ਚੋਂ ਬਾਹਰ ਕਰਤਾ ਵੇਬੀ ਆਪਣੇ ਆਪ ਚ ਬਹੁਤ ਵੱਡੀ ਇੱਕ ਟੈਕਟੀਕਲ ਗੱਲ ਆ ਕਿ ਕੀ ਸੱਚੀ ਮੁੱਚੇ ਐਡਾ ਵੱਡਾ ਐਕਸ਼ਨ ਲੈਣ ਦੀ ਲੋੜ ਸੀ ਕਿ ਨਹੀਂ ਇਹ ਤੇ ਸੁਖਬੀਰ ਸਿੰਘ ਬਾਦਲ ਹੁਣੀ ਸੋਚਣ ਮੈਨੂੰ ਤੇ ਲੱਗਦਾ ਕਿ ਐਕਸਟ੍ਰੀਮ ਦਾ ਐਕਸ਼ਨ ਸੀ ਚਲਦੀ ਇਲੈਕਸ਼ਨ ਚ ਐਡਾ ਵੱਡਾ ਇੱਕ ਪੁਰਾਣਾ ਲੀਡਰ ਜਿਹੜਾ ਤੁਹਾਡੇ ਨਾਲ ਲਗਾਤਾਰ ਜੁੜਿਆ ਹੋਵੇ ਚਾਰ ਪੰਜ ਵਾਰੀ ਜਿੱਤਿਆ ਵੀ ਹੋਵੇ ਉਹਨੂੰ ਬਾਹਰ ਕਰ ਦੇਣਾ ਉਹ ਇੱਕ ਬੜੀ ਵੱਡੀ ਗੱਲ ਸੀਗੀ ਉਹਦੀ ਵੀ ਗੱਲ ਚਰਚਾ ਆਈ ਕੀ ਇਹ ਪੂਰਾ ਸੱਤਾ ਦਾ ਪਰਵਰਤਨ ਮਜੀਠੀਆ ਵੱਲ ਨੂੰ ਜਾਣ ਦੀ ਕੋਸ਼ਿਸ਼ ਤੇ ਨਹੀਂ ਕੀ ਇਹ ਰਾਜ ਪਲਟੇ ਦੀ ਤਿਆਰੀ ਤੇ ਨਹੀਂ ਨੰਬਰ 1 ਤੁਹਾਨੂੰ ਕੀ ਤੁਹਾਨੂੰ ਇਹ ਲੱਗ ਰਿਹਾ ਹੈ ਕਿ ਤੁਸੀਂ ਇਹ ਕਹਿ ਰਹੇ ਹੋ ਕਿ ਮਜੀਠੀਆ ਤੇ ਸੁਖਵੀਰ ਬਾਦਲ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਦੂਜੇ ਦੇ ਪੂਰਕ ਹੋ ਸਕਦੇ ਨੇ ਨਹੀਂ ਨਹੀਂ ਬਿਲਕੁਲ ਪੂਰਕ ਦਾ ਨਹੀਂ ਮੈਨੂੰ ਪਤਾ ਹੁਣ ਹੋਣ ਗਣਾ ਹੁਣ ਮੈਨੂੰ ਇੰਜ ਲੱਗਦਾ ਕਿ ਪਾਵਰ ਸ਼ਿਫਟ ਜਦੋਂ ਜਦੋਂ ਜੀ ਸਿੰਘ ਬਰਾੜ ਤੇ ਹਰਸਿਮਰਿਤ ਕੌਰ ਬਾਦਲ ਦਾ ਨਾਂ ਲੈ ਕੇ ਕਹਿ ਰਹੇ ਆ ਨਾ ਤੇ ਉਹ ਕਿਤੇ ਫਿਰ ਇੱਕ ਪਾਸੇ ਸੁਖਵੀਰ ਸਿੰਘ ਬਾਦਲ ਨੂੰ ਕ੍ਰਿਟਿਸਾਈਜ਼ ਕਰ ਰਿਹਾ ਇਹਦਾ ਮਤਲਬ ਕਿ ਹਰਸਿਮਰਿਤ ਕੌਰ ਬਾਦਲ ਬਿਕਰਮਜੀਤ ਸਿੰਘ ਮਜੀਠੀਆ ਤੇ ਉਹਨਾਂ ਦੇ ਨਾਲ ਦੇ ਜਿਹੜੇ ਬੰਦੇ ਆ ਉਹਦੋਂ ਨੂੰ ਸੱਤਾ ਦਾ ਟੱਕਾ ਦੇ ਕੇ ਪ੍ਰਭਾਵਿਤ ਮਤਲਬ ਸੁਖਵੀਰ ਬਾਦਲ ਵਾਲੀ ਥਾਂ ਬਿਕਰਮ ਮਜੀਠੀਆ ਲੈ ਸਕਦੇ ਨੇ ਨਹੀਂ ਇਹਦੀ ਇਹਦੀ ਤਿਆਰੀ ਅੰਦਰੋਂ ਅੰਤਰੀ ਹੋ ਸਕਦੀ ਆ ਪਹਿਲੀ ਗੱਲ ਠੀਕ ਹੈ ਇਹਨਾਂ ਬੰਦਿਆਂ ਵੱਲੋਂ ਦੂਜੀ ਗੱਲ ਕੱਲਾ ਕੱਲਾ ਚਰਨਜੀਤ ਬਰਾੜ ਦਾ ਹੀ ਨਹੀਂ ਤੁਸੀਂ ਇਹ ਜਿਹੜੇ ਨੰਦਪੁਰ ਸਾਹਿਬ ਦੇ ਜਿਹੜੇ ਹਲਕੇ ਤੋਂ ਹੁਣੇ ਅਕਾਲੀ ਦਲ ਦੇ ਲੀਡਰ ਕੀ ਨਾਂ ਇਹਨਾਂ ਦਾ ਮੇਰੇ ਪ੍ਰੀਮ ਸਿੰਘ ਚੰਦੂ ਪ੍ਰੀਮ ਸਿੰਘ ਚੰਦੂ ਮਾਜਰਾ ਉਹਨਾਂ ਦੀ ਵੀ ਇੰਟਰਵਿਊ ਤੁਸੀਂ ਸੁਣੋ ਉਨਾ ਨੇ ਵੀ ਇਹੋ ਜਿਹਾ ਕਿਹਾ ਮੈਨੂੰ ਕੋਈ ਨਿੱਜੀ ਤੌਰ ਤੇ ਦੱਸ ਰਿਹਾ ਸੀਗਾ ਕਿ ਜਿਉਂ ਹੀ ਉਥੋਂ ਹਾਰੇ ਤੇ ਉਹਨਾਂ ਨੇ ਪਹਿਲਾ ਜਿਹੜਾ ਸ਼ੱਕ ਪ੍ਰਗਟ ਕੀਤਾ ਕਿ ਮੈਨੂੰ ਆਪਣੀ ਪਾਰਟੀ ਦੇ ਬੰਦਿਆਂ ਨੇ ਬਹੁਤਿਆਂ ਨੇ ਵੋਟਾਂ ਨਹੀਂ ਪਾਈਆਂ ਬਾਕੀ ਵੋਟਾਂ ਤੇ ਮੇਰੀ ਨਿੱਜੀ ਰਸੂਕਦੀਆਂ ਮੈਨੂੰ ਪਈਆਂ ਜਿਹਦਾ ਮਤਲਬ ਉਹ ਵੀ ਸਖਬੀਰ ਸਿੰਘ ਬਾਦਲ ਦੀ ਅਗਵਾਈ ਤੇ ਜਿਹੜੀ ਪ੍ਰੈਜ਼ੀਡੈਂਸ਼ਿਪ ਆ ਪ੍ਰਧਾਨਗੀ ਦੇ ਉੱਤੇ ਸ਼ੰਕੇ ਖੜੇ ਕਰਦੇ ਇੱਕ ਗੱਲ ਤੁਸੀਂ ਹੁਣ ਕਨੈਕਸ਼ਨ ਡਾਟਸ ਕਹਿੰਦੇ ਨੇ ਨਾ ਡਾਟਸ ਨੂੰ ਜੋੜ ਕੇ ਦੇਖੋ ਉਹ ਹੈ ਜੀ ਇਸ ਰਾਜਨੀਤਿਕ ਸਟੇਜ ਤੇ ਰਵਨੀਤ ਸਿੰਘ ਬਿੱਟੂ ਰਵਨੀਤ ਸਿੰਘ ਬਿੱਟੂ ਜਿਹੜਾ ਕੱਲ ਤੱਕ ਕੀ ਦੇ ਰਹੇ ਸੀ ਕਿ ਦੇਖ ਲਾਂਗੇ ਆ ਕਰਦੇ ਆਂਗੇ ਉਹ ਕਰਦੇ ਆਂਗੇ ਹੁਣ ਤੇ ਕਹਿੰਦੀ ਹੈ ਜੀ ਉਹਨਾਂ ਦੇ ਮਸਲੇ ਹੀ ਬੜੇ ਅਹਿਮ ਹੈਗੇ ਆ ਉਹਨਾਂ ਨੂੰ ਤੇ ਬੜੇ ਸੰਵੇਦਨਸ਼ੀਲਤਾ ਦੇ ਨਾਲ ਹੱਲ ਕਰਨਾ ਚਾਹੀਦਾ ਮੈਂ ਖੁਦ ਉਹਨਾਂ ਨੂੰ ਲੈ ਕੇ ਜਾਊਂਗਾ ਫਲਾਨਾ ਟਮਕਾਣਾ ਹੁਣ ਉਹ ਇਹੋ ਜੀ ਗੱਲ ਬੰਦੀ ਸਿੰਘਾਂ ਦੀ ਗੱਲ ਉਹ ਵੜਕ ਪੈਂਦੇ ਸੀ ਕਿਹਨਾਂ ਨੂੰ ਬਾਹਰ ਕਰਨਾ ਚਾਹੁੰਦੇ ਆ ਜਿਨ੍ਹਾਂ ਨੇ ਮੇਰੇ ਦਾਦੇ ਨੂੰ ਮਾਰਤਾ ਇਹ ਕਿਹੋ ਜਿਹਾ ਤੁਸੀਂ ਜੋ ਮੈਨੂੰ ਨਹੀਂ ਆ ਫਲਨ ਹੁਣ ਕਹਿੰਦੇ ਜੀ ਨਹੀਂ ਜੀ ਮੈਂ ਤੇ ਦੇਸ਼ ਭਗਤ ਹੋ ਗਿਆ ਮੈਨੂੰ ਤੇ ਇਹੋ ਜੀ ਚੁਟਕੀ ਅਮਿਤ ਸ਼ਾਹ ਹੁਣਾਂ ਨੇ ਦਿੱਤੀ ਆ ਕਿ ਮੇਰੇ ਅੰਦਰ ਤੇ ਦੇਸ਼ ਪਿਆਰ ਜਾਗ ਪਿਆ ਜਿਵੇਂ ਪੰਜਾਬ ਦੇਸ਼ ਤੋਂ ਬਾਹਰ ਹੋਵੇ ਫਿਰ ਜੇ ਦੇਸ਼ ਪਿਆਰ ਤੇ ਕਾਂਗਰਸ ਵਿੱਚ ਰਹਿ ਕੇ ਨਹੀਂ ਸੀ ਤੁਹਾਨੂੰ ਦੇਸ਼ ਪਿਆਰ ਨਾ ਜੀ ਹੁਣ ਤੇ ਪੰਜਾਬ ਦੇ ਹਿੱਤ ਵਿੱਚ ਮੈਂ ਨਿੱਜੀ ਗੱਲਾਂ ਛੱਡਤੀਆਂ ਪਹਿਲਾਂ ਕਿਉਂ ਸੀਗੀਆਂ ਜੀ ਪਹਿਲਾਂ ਵੀ ਨਹੀਂ ਸੀ ਚਾਹੀਦੀਆਂ ਇਸ ਲਈ ਉਹਨਾਂ ਨੇ ਆਪਣੀ ਜਿਹੜੀ ਬੀਨ ਲੱਗ ਕਿਸਮ ਦੀ ਵਜਾਉਣੀ ਤੇ ਲੱਗ ਕਿਸਮ ਦਾ ਸੱਪ ਕੱਢਣ ਦੀ ਕੋਸ਼ਿਸ਼ ਕਰ ਰਹੇ ਆ ਕਹਿੰਦੇ ਕਿ ਮੈਨੂੰ ਤੇ ਹੁਣ ਬੰਦੀ ਸਿੰਘਾਂ ਨੂੰ ਵੀ ਛਡਾਉਣ ਲਈ ਮੈਂ ਪ੍ਰਧਾਨ ਮੰਤਰੀ ਤੱਕ ਚਾ ਸਕਦਾ ਇਹੋ ਜਿਹਾ ਉਹਨਾਂ ਨੇ ਇਮਪ੍ਰੈਸ਼ਨ ਦੇਣ ਦੀ ਕੋਸ਼ਿਸ਼ ਕੀਤੀ ਹੁਣ ਇਹ ਬੰਦੇ ਇੱਕ ਪਾਸੇ ਉਹ ਬੰਦੇ ਦੀ ਸਾਰੇ ਤੇਵਰ ਬਦਲਨੇ ਦੂਜੇ ਪਾਸੇ ਇੰਨਾ ਬੰਦਿਆਂ ਦੇ ਇਹੋ ਜਿਹਾ ਆਪਣੀ ਪ੍ਰਧਾਨਗੀ ਦੇ ਉੱਤੇ ਸਵਾਲ ਖੜੇ ਕਰਨੇ ਮੈਨੂੰ ਲੱਗਦਾ ਇੱਕ ਕਿਸਮ ਦਾ ਆਪਸ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਨਵਾਂ ਇਥੇ ਇਕ ਗੱਠਜੋੜ ਜਾਂ ਨਵੀਂ ਕਿਸਮ ਦਾ ਪਲਟਾ ਹੋਣ ਦਾ ਜਾਂ ਤੇ ਅੰਦਰੂਨੀ ਤੌਰ ਤੇ ਸੱਤਾ ਬਦਲਦਾ ਜਾਂ ਬਾਹਰ ਲੀਆਂ ਜਿਹੜੀਆਂ ਤਾਕਤਾਂ ਉਹਨਾਂ ਦੇ ਨੇੜੇ ਹੋ ਕੇ ਇੱਥੇ ਇੱਕ ਨਵੀਂ ਆਪਸ ਵਿੱਚ ਸੱਤਬੰਦੀ ਸਾਫ ਬੰਦੀ ਜਿਹਨੂੰ ਕਹਿੰਦੇ ਆ ਕਰਨ ਦੀ ਕੁਛ ਹੋਵੇ ਐ ਐਵੇਂ ਨਹੀਂ ਉਹਨੂੰ ਜਿਹੜਾ ਬੰਦਾ ਹਾਰ ਗਿਆ ਐਮਪੀ ਉਸ ਨੂੰ ਤੁਸੀਂ ਮਿਨਿਸਟਰੀ ਬਣਾ ਦੇਣੇ ਮਿਨਿਸਟਰ ਆਫ ਸਟੇਟ ਬਣਾ ਦੇਣੇ ਮੈਂ ਰਮਨਦੀਪ ਬਿੱਟੂ ਦੀ ਗੱਲ ਕਰ ਰਿਹਾ ਇਹ ਛੋਟੀ ਗੱਲ ਨਹੀਂ ਉਹਨੂੰ ਅੱਗੇ ਲਾ ਕੇ ਕੋਸ਼ਿਸ਼ ਕੀਤੀ ਜਾ ਰਹੀ ਹੈ ਭਾਜਪਾ ਵੱਲੋਂ ਇਹ ਸਾਰੀ ਕਾਰਵਾਈ ਦੀ ਕਿਤੇ ਅਭਾਰਤ ਦਿੱਲੀ ਲਿਖੀ ਹੋਊਗੀ ਉਸ ਨੂੰ ਅੱਗੇ ਲਾਗੂ ਕੀਤਾ ਜਾ ਰਿਹਾ ਔਰ ਉਸ ਅਭਾਰਤ ਦੇ ਮੁਤਾਬਕ ਅਕਾਲੀ ਦਲ ਨੂੰ ਕਿਉਂਕਿ ਉਹਨਾਂ ਨੇ ਬਹੁਤ ਹੀ ਕ੍ਰੂਸ਼ੀਅਲ ਮੌਕੇ ਤੇ ਹਰਸਿਮਰਤ ਕੌਰ ਬਾਦਲ ਨੇ ਭਾਜਪਾ ਨੂੰ ਛੱਡਿਆ ਤੇ ਉਸ ਤੇ ਉਹ ਹੋ ਸਕਦਾ ਕਿ ਇਸ ਖਾਸ ਕਰਕੇ ਸ਼ਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਦੇ ਵਿੱਚ ਜੋ ਕੁਝ ਹੋਇਆ ਉਸ ਨੂੰ ਉਹ ਟੈਸ ਨੈਸ ਕਰਕੇ ਇਥੋਂ ਅਕਾਲੀ ਦਲ ਨੂੰ ਜਾਂ ਜਿਹੜੀਆਂ ਰਿਜਨਲ ਪਾਰਟੀਆਂ ਆਇਆਂ ਜਾਂ ਸਾਡਾ ਇੱਕ ਕੋਈ ਵੀ ਉਸ ਨੂੰ ਇੱਕ ਪਾਸੇ ਰੱਖ ਕੇ ਹੋ ਰਹੀ ਹੈ ਕੋਸ਼ਿਸ਼ ਕਿ ਇੱਕ ਪਾਸੇ ਕਾਂਗਰਸ ਕਾਂਗਰਸ ਨੇ ਤੇ ਆਪਣਾ ਮੋਰਚਾ ਮੱਲਿਆ ਹੀ ਆ ਦੋ ਵਾਰੀ ਦੋ ਪਾਰਲੀਮੈਂਟਲ ਇਲੈਕਸ਼ਨ ਚ ਉਹਨਾਂ ਨੇ ਤਗੜੀ ਪਰਫਾਰਮੈਂਸ ਦਿੱਤੀ ਉਹਨਾਂ ਨੂੰ ਤੇ ਕੋਈ ਬਚਾਉਣਾ ਹਰਾਉਣਾ ਆਪਣੀ ਕਿਸੇ ਦੇ ਫੈਸਲੇ ਦੀ ਗੱਲ ਈ ਪਰ ਜਿਹੜੀ ਬਾਕੀ ਹੈ ਕਿ ਕਦਰ ਉਹਨਾਂ ਦਾ ਕੌਣ ਹੋਵੇ ਦੂਜਾ ਵਿਕਲਪ ਕਿ ਉਹਨਾਂ ਦਾ ਕੀ ਹੋਵੇ ਉਹ ਬੀਜੇਪੀ ਖੁਦ ਉੱਥੇ ਆਉਣਾ ਚਾਹੁੰਦੀ ਹੈ ਜਿਹਦੇ ਲਈ ਉਹ ਰਵਨੀਤ ਬਿੱਟੂ ਜਾਂ ਹੋਰ ਸਾਰਿਆਂ ਨੂੰ ਅੱਗੇ ਲਾ ਕੇ ਜਾਂਖੜ ਸੁਨੀਲ ਜਾਖੜ ਉਹਨਾਂ ਨੂੰ ਅੱਗੇ ਲਾ ਕੇ ਉਹ ਕਾਫੀ ਕੋਸ਼ਿਸ਼ ਕਰੇ ਜਿਹਦੇ ਵਿੱਚ ਆ ਜਿਹੜੇ ਰੁੱਸੇ ਮਨਾਏ ਸਾਰੇ ਵੀ ਕਿਸੇ ਵੀ ਦੂਜੇ ਰੂਪ 'ਚ ਜਾਂ ਸਿੱਧੇ ਜੁਆਇਨ ਕਰਕੇ ਜਾਂ ਬਾਹਰੋਂ ਕਿਸੇ ਕਿਸਮ ਦੀ ਸਫਬੰਦੀ ਨਾਲ ਅਲਾਈਨਮੈਂਟ ਕਰਕੇ ਹੋ ਸਕਦਾ ਹੈ ਕਿ ਅਕਾਲੀ ਦਲ ਨੂੰ ਜਿਹੜਾ ਕਿ ਇੱਕ ਸੰਗਠਿਤ ਅਕਾਲੀ ਦਲ ਆ ਉਸ ਨੂੰ ਕਾਫੀ ਕਮਜ਼ੋਰ ਕਰਨ ਦੀਆਂ ਕੁਝ ਸਾਜ਼ਿਸ਼ਾਂ ਤੁਸੀਂ ਉਹ ਤੁਸੀਂ ਉਸ ਤਰ੍ਹਾਂ ਦੀ ਗੱਲ ਕਰ ਰਹੇ ਹੋ ਜਿਵੇਂ ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾ ਉਦਵ ਠਾਕਰੇ ਹੋਰਾਂ ਨਾਲ ਹੋਇਆ ਏਕਨਾਥ ਸਿੰਦੇ ਹੋਰਾਂ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ ਵੱਖਰੀ ਸ਼ਿਵ ਸੈਨਾ ਐਲਾਨ ਦਿੱਤੀ ਗਈ ਉਸ ਤਰ੍ਹਾਂ ਦਾ ਸਿਨੈਰੀਓ ਹੋ ਸਕਦਾ ਇਹੋ ਜਿਹਾ ਵੀ ਹੋ ਸਕਦਾ ਕਿਉਂ ਨਹੀਂ ਹੋ ਸਕਦਾ ਹੁਣ ਸਾਡੇ ਕੋਲ ਉਹਦਾ ਬਲੂਪ੍ਰਿੰਟ ਤੇ ਹੈ ਨਹੀਂ ਨਾ ਸਾਨੂੰ ਅਸੀਂ ਕਿਤੇ ਸਾਹਮਲੇ ਪਰ ਜਿਸ ਤਰੀਕੇ ਦੀਆਂ ਆਵਾਜ਼ਾਂ ਆ ਰਹੀਆਂ ਜਿਸ ਕਿਸਮ ਦੀ ਸਰਸ਼ਨ ਆ ਰਹੀ ਆ ਤੁਸੀਂ ਕਿਹਾ 30 35 ਸਾਲ ਤੋਂ ਚਰਨਜੀਤ ਸਿੰਘ ਬਰਾੜ ਗਿੱਧਾ ਕਿ ਮੇਰਾ ਜੀਵਨ ਹੈ ਰਾਜਨੀਤਿਕ ਜੀਵਨ ਮੈਂ ਅੰਜ ਉਹਦੇ ਵਿੱਚ ਉਹਦੇ ਪੀਪੀਪੀ ਦੇ ਵਿੱਚ ਵੀ ਤੇ ਗਏ ਸੀ ਇਹ ਤੇ ਮਨਪ੍ਰੀਤ ਬਾਦਲ ਦੇ ਵੀ ਬਿਲਕੁਲ ਇਸੇ ਤਰ੍ਹਾਂ ਹੀ ਨੇੜੇ ਸੀਗੇ ਠੀਕ ਹੈ ਜਿਸ ਤਰ੍ਹਾਂ ਹੁਣ ਸੁਖਬੀਰ ਸਿੰਘ ਬਾਦਲ ਦੇ ਆਪਾਂ ਨੂੰ ਇੰਜ ਨਹੀਂ ਕਹਿ ਸਕਦੇ ਕਿ ਤੁਸੀਂ ਪਹਿਲਾਂ ਬਾਹਰ ਗਏ ਨਹੀਂ ਫਿਰ ਤੁਸੀਂ ਵਾਪਸ ਅਕਾਲੀ ਦਲ ਵਿੱਚ ਗਏ ਇਸ ਤਰ੍ਹਾਂ ਨਹੀਂ ਤੁਸੀਂ ਆਪਣੇ ਆਪ ਨੂੰ ਜਿਹੜੇ ਫੈਕਟ ਹੈਗੇ ਆ ਉਹਨਾਂ ਨੂੰ ਫੈਕਟ ਨੂੰ ਬੜਾ ਸਟੇਟ ਤੇ ਸਾਫ਼ ਸੁਥਰੇ ਰੰਗਣਾ ਹਰਿਆਣਾ ਵਾਲੀ ਜਿਹੜੀ ਖੇਡ ਹੋਇਆ ਗੇਮ ਹੋਈ ਉਸ ਤਰ੍ਹਾਂ ਦਾ ਉਸ ਤਰ੍ਹਾਂ ਦੀ ਗੇਮ ਦਾ ਸ਼ਿਕਾਰ ਆਮ ਆਦਮੀ ਪਾਰਟੀ ਵੀ ਹੋ ਸਕਦੀ ਹੈ ਪੰਜਾਬ 'ਚ ਅ ਦੇਖੋ ਪ੍ਰਵਿੰਦਰ ਆਮ ਆਦਮੀ ਪਾਰਟੀ ਇਸ ਵੇਲੇ ਮਜ਼ਬੂਤ ਹੈ ਪ੍ਰਵਿੰਦਰ ਸੱਚੀ ਗੱਲ ਇਹ ਹੈ ਕਿ ਉਹਦੇ ਵਿੱਚ ਨਾ 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 ਮਜ਼ਬੂਤੀ ਦੀ ਗੱਲ ਛੱਡ ਦਿਓ ਉਸ ਬਾਰੇ ਤੁਹਾਨੂੰ ਪਟਾਏ ਲਕੂਆ 13 ਤਰੀਕ ਤੋਂ ਬਾਅਦ ਤਿਆਰੀ ਪੂਰੀ ਆ ਮਿੰਨੂ ਕੋਈ ਕਹਿ ਰਿਆ ਸੀ ਕਿ 51 ਬੰਦੇ ਇਕੱਠੇ ਕਰ ਲਏ ਆ ਪੈਸਾ ਕਿੱਥੋਂ ਹੈ ਪੈਸਾ ਵੀ ਚੱਲ ਗਿਆ ਹੈ ਜਿਹੜਾ ਲੋਪਰ ਆਪਰੇਸ਼ਨ ਲੋਟਸ ਆ ਉਹ ਜਿਹੜਾ ਬਾਹਰ ਨਹੀਂ ਆਇਆ ਤੇ ਭਗਵੰਤ ਮਾਨ ਹੁਣਾਂ ਨੂੰ ਪਰਾਂ ਕਰਕੇ ਉਸ ਕਿਸਮ ਦਾ ਵੀ ਨਾਲ ਨਾਲ ਚੱਲ ਰਿਹਾ ਇਥੋਂ ਕਿੰਨੇ ਕ ਬੰਦੇ ਨਾਲ ਜਾ ਸਕਦੇ ਆ ਕੋਈ ਨਵੀਂ ਪਾਰਟੀ ਦੇ ਵਿੱਚ ਦੋ ਤਿਹਾਈ ਦਾ ਵੀ ਕੋਈ ਜਿਸ ਤਰ੍ਹਾਂ ਇੱਕ ਉੱਥੇ ਕੀਤਾ ਗਿਆ ਮਹਾਰਾਸ਼ਟਰ ਦੇ ਵਿੱਚ ਕੀ ਇਹ ਦੋ 2/3 ਜੇ ਐਮਐਲਏ ਲਾਈਨ ਦੇ ਫਿਰ ਤੇ ਨਵੀਂ ਪਾਰਟੀ ਜਾਂ ਇਹੋ ਹੀ ਪਾਰਟੀ ਇੱਕ ਅਲੱਗ ਪਕ ਬਣਾ ਸਕਦੇ ਆ ਬਿਨਾ ਆਪਣੀ ਐਮਐਲਏ ਸ਼ਿਪ ਲੂਜ਼ ਕੀਤੇ ਆ ਕੀ ਉੱਥੇ ਤੱਕ ਪਹੁੰਚਦੇ ਆ ਨਹੀਂ ਪਹੁੰਚਦੇ ਇਹਦੇ ਚ ਵੀ ਕੋਈ ਦੋ ਰਾਏ ਨਹੀਂ ਆ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਕਿ ਵਿੱਚੇ ਹੀ ਆਮ ਆਦਮੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਜਿਹੜੀ ਭਗਵੰਤ ਮਾਨ ਨੂੰ ਅਜੇ ਤੱਕ ਉਹ ਚੋਪਿਆ ਕਿਉਂਕਿ ਤੁਰੰਤ ਇਲੈਕਸ਼ਨ ਆ ਗਏ ਨੇ ਤੇ ਐਕਸ਼ਨ ਤੇ ਸ਼ੁਰੂ ਹੋ ਹੀ ਜਾਣਾ ਸੀ ਇੱਕ ਇਹ ਗੱਲ ਹੈ ਕਿ ਇਹ ਇਹ ਇੱਥੇ ਵੀ ਲੀਡਰਸ਼ਿਪ ਭਗਵੰਤ ਮਾਨ ਦੀ ਉਸ ਸਟੇਬਲ ਨਹੀਂ ਹੈ ਉਸ ਨੂੰ ਬਦਲਣ ਲਈ ਦਿੱਲੀ ਦੇ ਵਿੱਚ ਵੀ ਤੇ ਬੀਜੇਪੀ ਵੱਲੋਂ ਵੀ ਕੋਸ਼ਿਸ਼ਾਂ ਪਹਿਲਾ ਪਹਿਲੇ ਦੌਰ ਦੇ ਵਿੱਚ ਉਹਨਾਂ ਦਾ ਪਲਾਨ ਇਹ ਸੀ ਕਿ ਕੇਜਰੀਵਾਲ ਨੂੰ ਆਪਾਂ ਇੱਕ ਪਾਸੇ ਕਰਨਾ ਉਹਦੇ ਵਿੱਚ ਉਹ ਉਹਨਾਂ ਨੇ ਬੜੇ ਰਾਮ ਨਾਲ ਕਰ ਦਿੱਤਾ ਰਾਮ ਨਾਲ ਤੇ ਨਹੀਂ ਕੀਤਾ ਖੈਰ ਕਾਫੀ ਰੌਲਾ ਰੱਪਾ ਪਿਆ ਪਰ ਉਹਨੂੰ ਹੁਣ ਉਹਨੂੰ ਜੇ ਉਹ ਤੇ ਹੁਣ ਕੋਈ ਖਬਰ ਆਉਂਦੀ ਆ ਕੋਈ ਖਬਰ ਨਹੀਂ ਆਉਂਦੀ ਹੁਣ ਦੂਜੇ ਸਟੈਪ ਦੇ ਤੌਰ ਤੇ ਉਹਨਾਂ ਦੀ ਸਟ੍ਰੈਟਜੀ ਹੈ ਕਿ ਇਹਨੂੰ ਕਰਕੇ ਭਗਵੰਤ ਮਾਨ ਨੂੰ ਇੱਕ ਪਾਸੇ ਕਰਕੇ ਤੇ ਉਹ ਆਮ ਆਦਮੀ ਪਾਰਟੀ ਨੂੰ ਵਲਨਰੇਬਲ ਕਮਜ਼ੋਰ ਬਣਾ ਕੇ ਆਪਣੇ ਨਾਲ ਕੋਈ ਨਾ ਕੋਈ ਰਾਜਨੀਤਿਕ ਲਾਹਾ ਪੰਜਾਬ ਦੇ ਵਿੱਚ ਬੀਜਪੀ ਲੈਣ ਦੀ ਪੂਰੀ ਤਿਆਰੀ ਚ ਪ੍ਰੋਫੈਸਰ ਸਾਹਿਬ ਬੀਜਪੀ ਦੀ ਗੱਲ ਕਰ ਰਹੇ ਹੋ ਸੈਂਟਰ ਸਰਕਾਰ ਦੀ ਕੇਂਦਰ ਸਰਕਾਰ ਦੀ ਗੱਲ ਕਰਾਂਗੇ ਬੀਜਪੀ ਜੇ ਤੂੰ ਸੱਤਾ ਤੇ ਕਾਬਜ਼ ਹੋਈ ਬੇਸ਼ੱਕ ਗਠਜੋੜ ਨਾਲ ਕਾਬਜ਼ ਹੋਈ ਹੈ ਹੁਣ ਕਬਜ਼ਾ ਕੀਤਾ ਹੈ ਉਹਨੇ ਸੱਤਾ ਤੇ ਪਹਿਲੇ ਦਿਨ ਹੀ ਪ੍ਰਧਾਨ ਮੰਤਰੀ ਮੋਦੀ ਹੋਰਾਂ ਨੇ ਕਿਸਾਨਾਂ ਨਾਲ ਜੁੜੀ ਇੱਕ ਫਾਈਲ ਤੇ ਦਸਖਤ ਕੀਤੇ ਕਿਸਾਨਾਂ ਨੂੰ ਕਿਤੇ ਨਾ ਕਿਤੇ ਉਹਨਾਂ ਨੇ ਹਮਦਰਦੀ ਪ੍ਰਗਟਾਉਣ ਦੀ ਕੋਸ਼ਿਸ਼ ਕੀਤੀ ਕਿਸਾਨ ਨidhi ਯੋਜਨਾ ਦੀ ਕਿਸ਼ਤ ਹੈ ਜਿਹੜੀ ਉਪਾਈ ਗਈ ਤਾਂ ਹੁਣ ਉਸ ਦੀ ਚਰਚਾ ਚਾਰੇ ਪਾਸੇ ਆ ਹਰੇਕ ਮੀਡੀਆ ਆਦਾਰਾ ਹਰੇਕ ਪੇਪਰ ਦੇ ਵਿੱਚ ਉਸ ਯੋਜਨਾ ਦਾ ਜ਼ਿਕਰ ਹੈ ਪ੍ਰਧਾਨ ਮੰਤਰੀ ਮੋਦੀ ਨੇ ਕਿ ਕਿਸਾਨਾਂ ਲਈ ਬਹੁਤ ਵੱਡਾ ਕੁਝ ਕਰ ਦਿੱਤਾ ਹਾਲਾਂਕਿ ਜੋ ਕੁਝ ਹੋਇਆ ਪਿਛਲੇ ਸਮਿਆਂ ਚ ਕਿਸਾਨਾਂ ਨਾਲ ਉਹ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ ਪਰ ਹੁਣ ਕਾਂਗਰਸ ਨੇ ਇਸ ਤੇ ਚੁਟਕੀ ਲਈ ਹੈ ਕਾਂਗਰਸ ਦੇ ਜੋ ਸੀਨੀਅਰ ਆਗੂ ਨੇ ਜੈ ਰਾਮ ਰਮੇਸ਼ ਉਹਨਾਂ ਨੇ ਐਕਸ ਤੇ ਟਵੀਟ ਕੀਤਾ ਉਹਨਾਂ ਨੇ ਕਿਹਾ ਕਿ ਕਿਸ਼ਤ ਕੋਈ ਪ੍ਰਸ਼ਾਦ ਨਹੀਂ ਹੈ ਸਗੋਂ ਕਿਸਾਨਾਂ ਦੀ ਇੱਕ ਜਾਇਜ਼ ਹੱਕ ਹੈ ਤੇ ਮੰਗ ਹੈ ਪਰ ਇਸ ਦਾ ਟੰਡੋਰਾ ਇੰਨਾ ਕਿਉਂ ਕੀਆ ਜਾ ਰਿਹਾ ਹੈ ਇਸ ਦਾ ਕੀ ਕਾਰਨ ਮੰਨਦੇ ਹੋ ਕਿ ਹੁਣ ਐਤਕੀ ਜਿਹੜਾ ਬੀਜੇਪੀ ਨੂੰ ਲੋਸ ਹੋਇਆ ਹੈ ਬੀਜੇਪੀ ਨੂੰ ਅਹਿਸਾਸ ਹੋ ਗਿਆ ਕਿ ਕਿਸਾਨਾਂ ਕਰਕੇ ਸਾਨੂੰ ਨੁਕਸਾਨ ਚ ਲੱਣਾ ਪਿਆ ਤੇ ਹੁਣ ਕਿਸਾਨਾਂ ਨੂੰ ਆਪਣੇ ਪੱਖ ਵਿੱਚ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਉਵੇਂ ਹੀ ਜਿਵੇਂ ਰਵਨੀਤ ਪਿੱਟੂ ਹੋਰਾਂ ਦੇ ਬਿਆਨ ਨੇ ਜਾਂ ਸੁਰ ਨੇ ਕੁਦਮ ਬਦਲ ਗਏ ਨੇ ਬਿਲਕੁਲ ਤੁਹਾਡੇ ਤੁਹਾਡੇ ਸਵਾਲ ਤੇ ਤੁਸੀਂ ਜਵਾਬ ਵੀ ਵੈਸੇ ਦੇ ਹੀ ਦਿੱਤਾ ਗੱਲ ਤੇ ਇੰਨੀ ਹੈ ਕਿ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਪਿੰਡਾਂ ਵਿੱਚ ਇੱਕ ਜਿਹੜਾ ਪਛਮੀ ਜੂਪੀ ਹਰਿਆਣਾ ਤੇ ਪੰਜਾਬ ਦਾ ਕਿਸਾਨ ਹੈ ਉਹ ਸੂਤਰ ਨਹੀਂ ਆ ਰਿਹਾ ਕਿਉਂ ਉਹ ਮਾਰਕੀਟ ਨਾਲ ਜੁੜ ਗਿਆ ਉਹਨਾਂ ਦੀ ਖੇਤੀ ਐਸ ਵੇਲੇ ਇਹ ਜਿਹੜਾ ਜਿਹਨੂੰ ਕਹਿੰਨੇ ਆ ਤਜਾਰਤੀ ਕਰਨ ਦੇ ਨਾਲ ਜੁੜ ਗਈ ਹੈ ਕਿਉਂਕਿ ਉਹ ਕਮਰਸ਼ੀਅਲ ਹੋ ਚੁੱਕੀ ਹੈ ਉਹਦੇ ਨੂੰ ਘਾਟੇ ਵਾਲਾ ਸੌਦਾ ਬਣ ਗਿਆ ਤੇ ਜੇ ਇਸ ਉਹਨਾਂ ਨੂੰ ਪ੍ਰੋਟੈਕਸ਼ਨ ਨਹੀਂ ਹੋਊਗੀ ਤੇ ਉਹ ਆਪਣੇ ਆਪਣੇ ਉਜਾੜੇ ਦੇ ਰਾਹ ਦੇ ਉੱਤੇ ਚੱਲੇ ਹੋਏ ਤੇ ਜੇ ਉਹਨਾਂ ਦੀ ਉਹ ਪ੍ਰੋਟੈਕਸ਼ਨ ਦੀ ਆਪਾਂ ਇਹ ਜਿਹੜੀ ਨਿਧੀ 6000 ਰੁਪਇਆ ਜਾਂ ਜਿੰਨਾ ਵੀ ਸਾਲ ਦਾ ਉਹ ਦਿੰਦੇ ਆ ਉਹਦੇ 'ਚ ਕਿਹੜੀ ਵੱਡੀ ਗੱਲ ਹੈ ਦੇਖੋ ਉਹ ਸਤਾਰਵੀਂ ਕਿਸ਼ਤ ਹੈ ਪਹਿਲਾ ਹੀ ਹੈ ਲਗਾਤਾਰ ਆ ਹੁਣ ਜਿਹੜੀ ਤੁਹਾਨੂੰ ਤਨਖਾਹ ਪਹਿਲੇ ਪਹਿਲੀ ਤਨਖਾਹ ਮਿਲਦੀ ਫਿਰ ਤੇ ਉਹਦੀ ਸੈਲੀਬ੍ਰੇਸ਼ਨ ਹੁੰਦੀ ਹੈ ਜੇ ਹਰ ਮਹੀਨੇ ਤਨਖਾਹ ਮਿਲਣੀ ਹੋ ਤੂੰ ਤੇ ਹਰ ਮਹੀਨੇ ਸੈਲੀਬ੍ਰੇਸ਼ਨ ਤੇ ਨਹੀਂ ਨਾ ਹੁੰਦੀ 16ਵੀਂ ਤਨਖਾਹ ਦੀ ਵੀ ਸੈਲੀਬ੍ਰੇਸ਼ਨ ਉਹ ਤੇ ਮਿਲਦੀ ਉਹ ਵੀ ਦਸਕਤ ਦੇ ਨਾਲ ਹੀ ਹੈ ਇਸ ਕਰਕੇ ਇਹਦੇ ਆਲਰੇਡੀ ਜਿਹੜੀ ਪਹਿਲਾਂ ਦੀ ਸਕੀਮ ਹੈਗੀ ਆ ਉਹਦੀ 17ਵੀਂ ਕਿਸ਼ਤ ਰਿਲੀਜ਼ ਹੋਈ ਪਰ ਇਮਪ੍ਰੈਸ਼ਨ ਇਹ ਹੀ ਦਿੱਤਾ ਜਾ ਰਿਹਾ ਹੈ ਕਿ ਜੇ ਕਿਸਾਨਾਂ ਦੇ ਅਸੀਂ ਹੇਤੂ ਨਹੀਂ ਪੇਛੇ ਕਿਸਾਨਾਂ ਦੇ ਦੁਸ਼ਮਣ ਦੇ ਤੌਰ ਤੇ ਰਾਜਨੀਤੀ ਦੇ ਵਿੱਚ ਵਿਰੋਧੀ ਪਾਰਟੀਆਂ ਨੇ ਇਹਨਾਂ ਨੂੰ ਹੋਰ ਭੰਡ ਦਿੱਤਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਬੀਜੇਪੀ ਲਈ ਹੋਰ ਵੀ ਅਖਿਆਈਆਂ ਹੋ ਸਕਦੀਆਂ ਹੁਣ ਮਹਾਰਾਸ਼ਟਰ ਦੀਆਂ ਚੋਣਾਂ ਸਿਰ ਤੇ ਆਈਆਂ ਵਿਹਾਰ ਦੀਆਂ ਆ ਜਾਣੀਆਂ ਹਰਿਆਣੇ ਦੀਆਂ ਆ ਜਾਣੀਆਂ ਪਤਾ ਲੱਗ ਜੂਗਾ ਕਿ ਊਠ ਕਿਸਕਰ ਵਰਤ ਬੈਠ ਠੀਕ ਹੈ ਪ੍ਰੋਫੈਸਰ ਸਾਹਿਬ ਉਹ ਨੀਟ ਪ੍ਰੀਖਿਆ ਮਾਮਲਾ ਦੇਸ਼ ਵਿੱਚ ਬਹੁਤ ਭਖਿਆ ਹੋਇਆ ਹੈ ਮਾਮਲਾ ਸੁਪਰੀਮ ਕੋਰਟ ਤੱਕ ਵੀ ਪਹੁੰਚਿਆ ਹੈ ਸੁਪਰੀਮ ਕੋਰਟ ਨੇ ਇਸ ਮਾਮਲੇ ਤੇ ਸੁਣਵਾਈ ਕੀਤੀ ਹੈ ਕੋਰਟ ਨੇ ਕੌਮੀ ਪ੍ਰੀਖਿਆ ਏਜੰਸੀ ਜਿਹੜੀ ਐਨਟੀਏ ਉਸ ਨੂੰ ਝਾੜਿਆ ਉਸਨੇ ਕਿਹਾ ਕਿ ਇਸ ਵਿੱਚ ਜੇਕਰ ਲਾਪਰਵਾਹੀ ਹੋਈ ਹੈ ਤਾਂ ਇਸ ਨਾਲ ਚੰਗੀ ਤਰ੍ਹਾਂ ਨਜਿੱਠਿਆ ਜਾਵੇ ਤੁਹਾਨੂੰ ਲੱਗਦਾ ਹੈ ਕਿ ਹੁਣ ਸੁਪਰੀਮ ਕੋਰਟ ਦੀ ਇਸ ਗੱਲ ਤੇ ਗੌਰ ਕੀਤੀ ਜਾਊਗੀ ਜੋ ਹੁਣ ਤੱਕ ਨਹੀਂ ਹੋਈ ਜਿਸ ਤਰ੍ਹਾਂ ਢੰਗ ਦੇ ਨਾਲ ਨਹੀਂ ਦੇਖੋ ਐਨਟੀਈ ਦਾ ਇੱਕ ਕਾਫੀ ਲੋਕਾਂ ਦੇ ਵਿੱਚ ਭਰੋਸਾ ਬਣਿਆ ਸੀ ਪਰ ਹੁਣ ਦੋ ਬੰਦਿਆਂ ਨੇ ਤੇ ਮੰਨ ਹੀ ਲਿਆ ਹੈ ਜਿਹੜੇ ਬਿਹਾਰ ਦੇ ਆ ਕਿ ਐਸੀ ਇੰਜ ਇੰਜ ਹਾਂ ਇਹਦੇ ਵਿੱਚ ਇਨਵੋਲਡ ਸੀਗੇ ਲੀਕੇਜ ਦੇ ਵਿੱਚ ਜਾਂ ਜੋ ਵੀ ਆ 11 ਬੰਦਿਆਂ ਦਾ ਹੋਰ ਨਾਂ ਦਾ ਵੀ ਉਹਨਾਂ ਦੇ ਨਾਲ ਹੈਗਾ ਉਹਨਾਂ 'ਚ ਸੀ ਇਹ ਇੰਸਟੀਚਿਊਟ ਵੀ ਹੈਗੇ ਇਡੇ ਵੱਡੇ ਪੱਧਰ ਤੇ ਜਦੋਂ ਇਹ ਸਕੈਂਡਲ ਸਾਹਮਣੇ ਆ ਹੀ ਗਿਆ ਆ ਤੇ ਮੈਨੂੰ ਲੱਗਦਾ ਸੁਪਰੀਮ ਕੋਰਟ ਨੂੰ ਐਵੇਂ ਝਿੜਖਾ ਦੇਣੀਆਂ ਐਨਟੀਏ ਨੂੰ ਕਹਿਣਾ ਤੁਸੀਂ ਜਾਨੀ ਇੱਕ ਸਿੱਖਿਆ ਜੀ ਦੇਣ ਵਾਲਾ ਨਹੀਂ ਉਹਨਾਂ ਨੂੰ ਫੈਸਲਾ ਕਰਨਾ ਇਸ ਗੱਲ ਤੇ ਚਾਹੀਦਾ ਆ ਕਿ ਕੀ ਦੁਬਾਰਾ ਟੈਸਟ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਨੰਬਰ 2 ਜਿਹੜੇ ਪਿਛਲਿਆਂ ਨੇ ਕੋਸ਼ਿਸ਼ ਸਕੈਂਡਲ ਕੀਤਾ ਉਹਨਾਂ ਨੂੰ ਕੀ ਸਜ਼ਾਵਾਂ ਮਿਲਣ ਉਹਦੇ ਤੇ ਪੂਰੀ ਇਨਕੁਆਇਰੀ ਦੀ ਇੱਕ ਆਪਣੀ ਵੱਲੋਂ ਗਠਨ ਕਰਨਾ ਚਾਹੀਦਾ ਇਹਨਾਂ ਨੂੰ ਦੇਖੋ ਗੱਲ ਤੇ ਸਮਾਜਿਕ ਨਿਆਂ ਦੀ ਤੇ ਗੱਲ ਇਹ ਆ ਨਾ ਬੱਚਿਆਂ ਦੇ ਨਿਆਂ ਦੀ ਤੇ ਗੱਲ ਇਹ ਹੈਗੀ ਕਿ ਪਹਿਲਾਂ ਜਾਂ ਇੰਜ ਕਰ ਲੈਣ ਕਿ ਜਦ ਤੱਕ ਉਹ ਇਨੀ ਇਨੀ ਪ੍ਰੀਲੀਮਿਨਰੀ ਰਿਪੋਰਟ ਹਫਤਾ ਦਸਾਂ ਦੇਣਾ ਚ ਪੂਰੀ ਨਹੀਂ ਆਉਂਦੀ ਉਦੋਂ ਤੱਕ ਇਸ ਦੀ ਤਰੀਕ ਅਗਲੀ ਪਾਤੀ ਜਾਵੇ ਤੇ ਫਿਰ ਉਹਦਾ ਫੈਸਲਾ ਕੀਤਾ ਜਾਏ ਕਿ ਟੈਸਟ ਦੁਬਾਰਾ ਕਰਨਾ ਹੈ ਕਿ ਨਹੀਂ ਕਰਨਾ ਕੁਝ ਤੇ ਉਹਦਾ ਹੱਲ ਕਰਨਾ ਚਾਹੀਦਾ ਸਿੰਪਲੀ ਇਹ ਕਹਿ ਦੇਣਾ ਦੇਖੋ ਜੀ ਤੁਹਾਡੀ ਜਿੱਦਾ ਮਾਮਲਾ ਗਾਂ ਲੋਕ ਤੁਹਾਡੇ ਤੇ ਵਿਸ਼ਵਾਸ ਨਹੀਂ ਕਰਨਗੇ ਇਹ ਗੱਲ ਤੇ ਤੁਸੀਂ ਬੜੀ ਮਾੜੀ ਕੀਤੀ ਜੀ ਗਾਂ ਤੋਂ ਧਿਆਨ ਦਿਓ ਥੋੜਾ ਜਿਹਾ ਕੋਸ ਕੇ ਰੱਖ ਦੇਣਾ ਇਹਦੇ ਨਾਲ ਨਹੀਂ ਆ ਲੋਕਾਂ ਦਾ ਇਹ ਨਿਆਂ ਨਹੀਂ ਹੈਗਾ ਜਿਹੜਾ ਅਨਿਆਂ ਹੋਇਆ ਉਹ ਕਿਉਂ ਹੋਇਆ ਕਿਹਦੀ ਜ਼ਿੰਮੇਵਾਰੀ ਆ ਉਸ ਦਾ ਕੀਤਾ ਜਾਏ ਫਿਰ ਜਿਨ੍ਹਾਂ ਨਾਲ ਹੋਇਆ ਉਹਨਾਂ ਨੂੰ ਨਿਆਂ ਤੁਸੀਂ ਕਿਵੇਂ ਦੇਣਾ ਚਾਹੁੰਦੇ ਆ ਉਹਦੇ ਮੰਗ ਕਰ ਰਹੇ ਆ ਕਿ ਤੁਸੀਂ ਦੁਬਾਰਾ ਟੈਸਟ ਕਰਾਓ ਤੇ ਜੇ ਦੁਬਾਰਾ ਇਸ ਤੋਂ ਮੰਗ ਕਾਰਜ ਇਹ ਤੁਹਾਨੂੰ ਕਰਾਉਣ ਚ ਹਰਜ ਕੇ ਉਹ ਬਿਨਾ ਉਹਨਾਂ ਨੂੰ ਕੋਈ ਪੈਸਾ ਦਿੱਤੇ ਆ ਬਿਨਾ ਏਜੰਸੀ ਨੂੰ ਕੋਈ ਉਹਨੂੰ ਇੰਨਾ ਤੇ ਦੰਡਿਤ ਕਰਨਾ ਚਾਹੀਦਾ ਕਿ ਤੁਹਾਡੀ ਇੱਕ ਜਦੋਂ ਪੈਸੇ ਬਣਾਉਨੇ ਆ ਉਦੋਂ ਤੇ ਬੜਾ ਚੰਗਾ ਲੱਗਦਾ ਜਦੋਂ ਤੁਹਾਡੀ ਕੋਈ ਨੁਕਸ ਪੈਂਦਾ ਉਦੋਂ ਤੁਸੀਂ ਆਪਣੇ ਕੰਨੀ ਕਰਾਉਨੇ ਆ ਉਹ ਵੀ ਤੁਸੀਂ ਫਿਰ ਖਰਚੇ ਵੀ ਉਸ ਗੱਲ ਦਾ ਰਿਸਕ ਵੀ ਬਰਦਾਸ਼ਤ ਕਰੋ ਕਿ ਹਾਂ ਤੁਹਾਡੇ ਕੋਲ ਕੋਈ ਕਮੀ ਰਹੀ ਉਹ ਕਿਵੇਂ ਦੂਰ ਕਰਨੀ ਆ ਮੈਂ ਇਸ ਗੱਲ ਦਾ ਬੜਾ ਮਤਲਬ ਬਿਲਕੁਲ ਉਸ ਕਿਸਮ ਦੀ ਜਿਹੜੀ ਵਿਲੀਨੀਲੀ ਜੀ ਸਟੇਟਮੈਂਟ ਹੈ ਨਾ ਉਹਦੇ ਚ ਉਹਦਾ ਅਸਲੀ ਉਹਨਾਂ ਲੋਕਾਂ ਨੂੰ ਨਿਆਂ ਨਹੀਂ ਮਿਲਦਾ ਜਿਹੜੇ ਕਿ ਇਹਦੇ ਇਸ ਵੇਲੇ ਪੀੜਤ ਹੈਗੇ ਠੀਕ ਹੈ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦੇ ਬਹੁਤ ਬਹੁਤ ਸ਼ੁਕਰੀਆ ਪ੍ਰਵੀਨਦਰ ਜੀ ਸੋਇਸੇ ਤਰ੍ਹਾਂ ਦੀ ਵਿਚਾਰ ਚਰਚਾ ਦੇਖਣ ਦੇ ਲਈ ਜੁੜੇ ਰਹੋ ਅਨਮਿਊਟ ਦੇ ਨਾਲ ਤਦ ਤੱਕ ਲਈ ਧੰਨਵਾਦ